ਹਰਦੀਪ ਸਿੰਘ ਨੇ ਜਰ ਵਾਲੇ ਕੇਸ ਵਿੱਚ ਤੁਸੀਂ ਆਪ ਹੀ ਕਹਿਆ ਵੀ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਸੀ ਇਸ ਨੇ ਕਿਹਾ ਆਰਪੀਆ ਵੀ ਨੇ ਕਿਹਾ ਕਿ ਤੁਸੀਂ ਵੱਤ ਜਾਓ ਜਦੋਂ ਇਹ ਪਤਾ ਸੀ ਕਿ ਉਹਨਾਂ ਦੇ ਉੱਤੇ ਉਹਨਾਂ ਦੀ ਲਾਈਫ ਥ्रेटनिंग ਉਹਨਾਂ ਨੂੰ ਸਿਚੁਏਸ਼ਨ ਬਣਦੀ ਜਾ ਰਹੀ ਹੈ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਕਿਉਂ ਨਹੀਂ ਗਈ ਫਿਰ ਉਹਨਾਂ ਦੇ ਇਹ ਨਹੀਂ ਪਤਾ ਲੈਵਲ ਆਫ ਸੀਰੀਅਸਨੈਸ ਕਿੰਨੀ ਸੀ ਜਦੋਂ ਜਾਨ ਨੂੰ ਖਤਰਾ ਆਇਆ ਤੇ ਲੈਵਲ ਆਫ ਸੀ ਪਰਪਲਿਸ ਨੇ ਉਹਨਾਂ ਨੂੰ ਕੰਟੈਕਟ ਕੀਤਾ ਸੀ ਸੀਸਸ ਨੇ ਤੇ ਪੁਲਿਸਿੰਗ ਏਜੰਸੀਜ਼ ਨੇ ਇੰਡੀਆ ਦੇ ਵਿੱਚ ਇੰਡੀਆ ਦੇ ਇੱਕ ਹਿੱਸੇ ਨੂੰ ਵੱਖ ਕਰਨ ਦੀ ਮੰਗ ਕਹਿੰਦਾ ਝੂਠ ਸਹੀ ਹੈ ਜੇ ਇਹੀ ਮੰਗ ਕੁਵੈਕ ਨੂੰ ਆਜ਼ਾਦ ਕਰਨ ਦੀ ਮੰਗ ਇੰਡੀਆ ਵਿੱਚ ਉੱਥੇ ਤਾਂ ਕੈਨੇਡਾ ਉਹਨੂੰ ਕਿਵੇਂ ਦੇਖੇਗਾ ਕੀ ਉਹ ਇੰਟਰਫੀਰੈਂਸ ਨਹੀਂ ਹੋਏਗੀ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੇ ਕਾਨੂੰਨ ਦੇ ਹਿਸਾਬ ਨਾਲ ਪਬਲਿਕਲੀ ਸਟੇਜਾਂ ਤੋਂ ਬੋਲਦੇ ਆ ਘਰ ਮੇਂ ਘੁਸਕਰ ਮਾਰेंगे ਇਹ ਅਗਰੈਸਿਵ ਟੂਨ ਜਿਹੜਾ ਲੈਂਗੁਏਜ ਹੈ ਲੋਰ ਨਹੀਂ ਬਿਲ ਸੀ 70 ਨਾ ਮਾ ਫੋਰ ਨੇ ਇੰਟਰਫੀਰੈਂਸ ਜਦੋਂ ਮੈਂ ਬੇਲੇ ਆ ਹਮਮ ਉਹਦੇ ਵਿੱਚ ਕਾਨੂੰਨ ਸਖਤ ਹੋ ਰਹੇ ਪਿਛਲੇ 8 ਸਾਲਾਂ ਤੋਂ ਕਿਉਂ ਨਹੀਂ ਇਹਦੇ ਤੇ ਕੀ ਪਹਿਲਾਂ ਸਾਨੂੰ ਪਤਾ ਨਹੀਂ ਇਸ ਰਿਪੋਰਟ ਦੇ ਵਿੱਚ ਉਹ ਨਾਂ ਆ ਜਿਨ੍ਹਾਂ ਦੀ ਇਨਵੋਲਵਮੈਂਟ ਆ ਉਹ ਨਾਂ ਨਹੀਂ ਸਾਡੇ ਸਾਡੇ ਤੱਕ ਜਾ ਰਿਹਾ ਸੀਐਮਪੀ ਨੇ ਕਿਹਾ ਆ ਤੁਸੀਂ ਦੱਸ ਨਹੀਂ ਸਕਦਾ ਹਾਈਵੇ 401 ਤੇ ਇੱਕ ਕ੍ਰੈਸ਼ ਹੋਇਆ ਪੁਲਿਸ ਪਿੱਛਾ ਕਰ ਰਹੀ ਸੀ ਇੰਟਰਨੈਸ਼ਨਲ ਸਟੂਡੈਂਟ ਸੀ ਇੰਡੀਆ ਦਾ ਸੀ ਉਹ ਕਦੇ ਸਕੂਲ ਨਹੀਂ ਗਿਆ ਕਿਸੇ ਸਕੂਲ ਉਹਦੇ ਕੋਲ ਕੋਈ ਸਟੇਟਸ ਨਹੀਂ ਸੀ ਸਾਰਾ ਕੁਝ ਇਹਦਾ ਗਵਾਚਾ ਹੋਇਆ ਸੀ ਚੋਰੀਆਂ ਕਰਦਾ ਸੀ ਉਹ ਵੈਨ ਲੈ ਕੇ ਭਜਿਆ ਅੱਗੇ ਜਾ ਕੇ ਐਕਸੀਡੈਂਟ ਹੋਇਆ ਪੁਲਿਸ ਉਹਦਾ ਪਿੱਛਾ ਕਰ ਰਹੀ ਸੀ ਤਿੰਨ ਬੰਦੇ ਮਰ ਗਏ ਹੁਣ ਉਹਦੇ ਉੱਤੇ ਮੁਕਦਮੇਬਾਜ਼ੀ ਚੱਲੇਗੀ ਉਹ ਇੱਕ ਇੱਕ ਬੰਦਾ ਜਿਹਦੇ ਕੋਲ ਸਟੇਟਸ ਹੀ ਹੈ ਨਹੀਂ ਹੁਣ ਅਸੀਂ ਦੋਸ਼ ਤਾਂ ਲਾ ਦੇਾਂਗੇ ਜੀ ਇਹਦੇ ਪਿੱਛੇ ਕਾਂਸਪੀਰੇਸੀ ਹੋ ਸਕਦੀ ਹੈ ਥਿਊਰੀ ਕੋਈ ਵੀ ਬਣ ਸਕਦੀ ਹੈ ਰਿਪੋਰਟ ਕਿਉਂ ਨਹੀਂ ਕੀਤਾ ਜਾਂਦਾ ਜਿਹੜਾ ਬੰਦਾ ਸਾਡੇ ਕੋਲ ਸਟੇਟਸ ਹੀ ਹੀਨ ਹੈ ਸਟੇਟਸ ਲੈਸ ਆ ਕਾਨੂੰਨ ਦੇ ਹਿਸਾਬ ਨਾਲ ਸਿਸਟਮ ਚੱਲ ਰਿਹਾ ਜੇ ਕਾਨੂੰਨ ਸਹੀ ਨਹੀਂ ਲੱਗਦਾ ਕਾਨੂੰਨ ਚੇਂਜ ਹੋ ਸਕਦਾ ਹੈ ਨਹੀਂ ਪਰ ਕਦੋਂ ਕਰਨੇ ਆ ਹੁਣ ਮੈਂਬਰ ਪਾਰਲੀਮੈਂਟ ਕੈਲਗਰੀ ਸਕਾਈ ਵਿਊ ਤੋਂ ਜੋਰਜ ਚਾਹਲ ਜੀ ਸਾਡੇ ਨਾਲ ਸਟੂਡੀਓ ਦੇ ਵਿੱਚ ਸ਼ਾਮਲ ਨੇ ਜੋਰਜ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਫੋਰਨ ਇੰਟਰਫੀਰੈਂਸ ਇਨ ਕੈਨੇਡਾ ਕੈਨੇਡਾ ਦੇ ਮਾਮਲਿਆਂ ਦੇ ਵਿੱਚ ਇੱਕ ਰਿਪੋਰਟ ਜਿਹੜੀ ਆਈ ਸਾਡੇ ਕੋਲ ਪਿਛਲੇ ਸਾਲ ਇੱਕ ਕਮਿਸ਼ਨ ਬੈਠਿਆ ਇੱਕ ਰਿਪੋਰਟ ਬੈਠੀ ਉਹ ਨੈਸ਼ਨਲ ਸਿਕਿਉਰਿਟੀ ਐਂਡ ਇੰਟੈਲੀਜੈਂਸ ਕਮੇਟੀ ਸੀ ਪਾਰਲੀਮੈਂਟਰੀਅਨਸ ਦੀ ਜਿਨ੍ਹਾਂ ਨੇ ਆਪਣੀ ਰਿਪੋਰਟ ਦਿੱਤੀ ਹੈ ਰਿਪੋਰਟ ਬੜੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਦਿੱਤੀ ਚਰਚਾ ਵੀ ਹੋਈ ਹੈ ਦੋ ਵੱਡੇ ਮੁਲਕਾਂ ਦਾ ਨਾਮ ਸਿੱਧਾ-ਸਿੱਧਾ ਲਿਆ ਜਾ ਰਿਹਾ ਸਾਨੂੰ ਲੱਗਦਾ ਸੀ ਕਿ ਈਰਾਨ ਤੇ ਚੀਨ ਦਾ ਨਾਮ ਹੋਏਗਾ ਪਰ ਈਰਾਨ ਪਿਛੇ ਰਹਿ ਗਿਆ ਤੇ ਹੁਣ ਇੰਡੀਆ ਉਹਦੀ ਥਾਂ ਤੇ ਆ ਗਿਆ ਹੈਗੀ ਆਈ ਆ ਸੋ ਪਹਿਲਾਂ ਤਾਂ ਇਹ ਦੱਸੋ ਕਿ ਚੀਨ ਦੀ ਇੰਟਰਫੇਰੈਂਸ ਕਿਸ ਤਰ੍ਹਾਂ ਦੀ ਆ ਬਸਾਂ ਪਰ ਪਰ ਕੇ ਨਾਮਿਨੇਸ਼ਨਾਂ ਦੇ ਵਿੱਚ ਆਏ ਆਏ ਨਿਆਣੇ ਉਹਨਾਂ ਦੇ ਚੀਨ ਵਾਲਿਆਂ ਨੇ ਨਾਮਿਨੇਸ਼ਨਾਂ ਦੇ ਉੱਤੇ ਅਸਰ ਪਾਇਆ ਸਾਡੀਆਂ ਜਿਹੜੀਆਂ ਫੈਡਰਲ ਇਲੈਕਸ਼ਨਸ ਹੋਈਆਂ ਉਹਦੇ ਉੱਤੇ ਇੰਪੈਕਟ ਪਾਇਆ ਤੇ ਇਹ ਇਹ ਇੰਟਰਫੇਰੈਂਸ ਕਿਵੇਂ ਹੋਣ ਦਿੱਤਾ ਗਿਆ ਜਾਂ ਹੋ ਰਿਹਾ ਹੈ ਤੇ ਇਹਨੂੰ ਰੋਕਣ ਦਾ ਕੀ ਇੰਤਜ਼ਾਮ ਕੀਤਾ ਗਿਆ ਜੀ ਸੋ ਰਿਸ਼ੀ ਜੀ ਪਹਿਲਾਂ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜਿਹੜੀ ਫੋਰਨ ਇੰਟਰਫੇਰੈਂਸ ਹੈ ਅਮ ਉਹ ਜਿਹੜੀ ਹੋ ਰਹੀ ਆ ਜਿਹੜੀ ਰਿਵਿਊ ਹੋ ਰਹੀ ਆ ਉਹ ਸਾਨੂੰ ਪਤਾ ਕੈਨੇਡਾ ਦੇ ਵਿੱਚ ਜਿਹੜੇ ਰਿਪੋਰਟਸ ਆਏ ਨੇ ਉਹ ਰਿਪੋਰਟਸ ਨੇ ਇਹ ਸ਼ੋਅ ਕੀਤਾ ਆ ਥੈਟ ਬਾਹਰਲੇ ਮੁਲਕਾਂ ਤੋਂ ਇਹ ਹੋਈ ਆ ਐਂਡ ਇਹ ਕਨਸਰਨ ਆ ਅਮ ਪਰ ਮੈਂ ਤੁਹਾਨੂੰ ਇਹ ਪੁੱਛਣਾ ਜਿਹੜੇ ਤੁਸੀਂ ਬੱਸਾਂ ਦੀਆਂ ਗੱਲਾਂ ਕੀਤੀਆਂ ਕਮਿਊਨਿਟੀ ਮੈਂਬਰਸ ਇਹ ਨੋਮਿਨੇਸ਼ਨਸ ਦੇ ਵਿੱਚ ਬਹੁਤ ਸਾਲਾਂ ਤੋਂ ਕੰਮ ਕੈਨੇਡਾ ਦੇ ਵਿੱਚ ਹੋ ਰਿਹਾ ਹੈ ਕੋਈ ਨਾ ਕੋਈ ਤਰੀਕੇ ਦੇ ਨਾਲ ਜਿਹੜਾ ਕੋਈ ਕੈਨੇਡੀਅਨ ਆ ਜਿਹੜਾ ਐਲੀਜੀਬਲ ਕੈਨੇਡੀਅਨ ਸਿਟੀਜ਼ਨ ਹੈ ਇਲੈਕਸ਼ਨ ਚ ਵੋਟ ਪਾ ਸਕਦੇ ਆ ਹਰੇਕ ਪਾਰਟੀ ਦਾ ਆਪਣਾ ਕਾਨੂੰਨ ਆ ਕੌਣ ਪਾ ਸਕਦਾ ਇਲੈਕਸ਼ਨ ਦੇ ਵਿੱਚ ਅਮ ਐਂਡ ਉਹਨਾਂ ਦੀ ਕੀ ਰਿਕੁਆਇਰਮੈਂਟਸ ਆ ਐਂਡ ਸੋ ਮੈਂ ਉਸ ਇੰਡੀਵਿਜੂਅਲ ਨਾਮਿਨੇਸ਼ਨਸ ਰੇਸਿਸ ਦੀ ਗੱਲ ਨਹੀਂ ਕਰਦਾ ਮੈਂ ਰੀਸੈਂਟਲੀ ਤੁਹਾਨੂੰ ਦੱਸਣਾ ਕੰਸਰਵੇਟਿਵ ਪਾਰਟੀ ਦੀ ਲੀਡਰਸ਼ਿਪ ਹੋਈਆ ਇਨ ਮੋਸਟ ਰੀਸੈਂਟ ਬੜੀ ਅਲਬਰਟਾ ਦੇ ਵਿੱਚ ਵੀ ਹੋਈ ਸੀ ਪੀਅਰ ਡੈਨੀਅਲ ਸਮਿਥਨ ਆਲ ਪਰ ਕੈਨੇਡਾ ਦੇ ਵਿੱਚ ਵੀ ਹੋਈ ਸੀ ਜਦੋਂ ਪੀਅਰ ਪੌਲੀ ਐਵਨਰ ਲੀਡਰ ਬਣਿਆ ਉਸ ਇਲੈਕਸ਼ਨ ਦੇ ਵਿੱਚ ਬੜੇ ਅਲਿਗੇਸ਼ਨਸ ਨੇ ਯੈਸ ਇੰਟਰਫੀਰੈਂਸ ਦੇ ਪ੍ਰੋਵਿੰਸ਼ੀਅਲੀ ਦੇ ਵਿੱਚ ਵੀ ਸੀ আরਸੀਐਮਪੀ ਨੇ ਇਨਵੈਸਟੀਗੇਸ਼ਨ ਕੀਤੀ ਤਿੰਨ ਚਾਰ ਪੰਜ ਸਾਲ ਲਾਇਆ ਉਹ ਵੀ ਚੀਜ਼ ਆ ਦੂਸਰੀ ਜਿਹੜੀ ਆਪਣੀ ਫੈਡਰਲ ਜਿਹੜੀ ਨੋਮੀਨੇਸ਼ਨ ਮੀਟਿੰਗਸ ਹੋ ਰਹੀਆਂ ਹੀ ਆ ਅਮ ਬਹੁਤ ਜਰਨਲਿਸਟ ਨੇ ਪੱਤਰਕਾਰਾਂ ਨੇ ਰਿਪੋਰਟਿੰਗ ਕੀਤੀ ਹੈ ਕਿ ਉਹਨਾਂ ਦੇ ਨੋਮੀਨੇਸ਼ਨ ਤਾਂ ਉਹਨਾਂ ਦੇ ਲੀਡਰਸ਼ਿਪ ਕੈਂਪੇਨ ਦੇ ਵਿੱਚ ਵੀ ਇੰਟਰਫੇਰੈਂਸ ਹੋਈ ਹੈ ਸੋ ਅਮ ਮੈਂ ਤੁਹਾਨੂੰ ਇਹ ਸਵਾਲ ਹੁਣ ਪੁੱਛਣਾ ਅਮ ਮੈਂ ਤੁਹਾਨੂੰ ਨਹੀਂ ਪੁੱਛਦਾ ਲਿਸਨਰਸ ਨੂੰ ਕਿ ਕਹਿ ਰਹੇ ਹਾਂ ਜੀ 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 ਅਮ ਪੀਅਰ ਪੋਲੀ ਐਫਨੇ ਸਿਕਿਉਰਿਟੀ ਕਲੀਅਰੈਂਸ ਕਿਉਂ ਨਹੀਂ ਲਈ ਹਮ ਹਮ ਜਿਹੜੇ ਹਰੇਕ ਲੀਡਰ ਨੇ ਲਈਆ ਪ੍ਰਾਈਮ ਮਿੰਿਸਟਰ ਜਸਟਨ ਟਰੂਡੋਸ ਆਪ ਨੇ ਲਈਆ ਜੁਮੇਵਰੀ ਬੰਦੀਆ ਮੋਰਕਰੇਜ਼ੀ ਪ੍ਰਧਾਨ ਮੰਤਰੀ ਆ ਲਈਆ ਐਨ ਡੀ ਪੀ ਲੀਡਰ ਜਗਮੀਤ ਸਿੰਘ ਨੇ ਲਈਆ ਐਲਿਜ਼ਾਬੈਥ ਮੇਨ ਨੇ ਲਈਆ ਬਲੌਗ ਜਿਹੜਾ ਬਲੈਂਸ਼ ਸ਼ੈਟਸ ਆਵੇ ਉਹਨਾਂ ਨੇ ਲਈਆ ਹਰੇਕ ਨੇ ਲਈਆ ਉਹ ਕਿਉਂ ਨਹੀਂ ਲੰਦਾ ਉਹ ਕਿਉਂ ਨਹੀਂ ਸਕਿਉਰਿਟੀ ਕਲੀਅਰੈਂਸ ਲੈ ਕੇ ਦੇਖਦਾ ਇੰਟਰਫੇਰੈਂਸ ਕੀ ਹੋਈ ਹੈ ਕਿਹੜੇ ਬੰਦੇ ਇਨਵੋਲਵ ਨੇ ਇਹ ਕਿਉਂ ਮੈਂ ਮੈਂ ਥੋੜੀ ਜੀ ਗੱਲ ਇੱਥੇ ਆਪਣੇ ਸੁਣ ਵਾਲਿਆਂ ਲਈ ਕਲੀਅਰ ਕਰ ਦਈਏ ਇਹ ਕਲੀਅਰੈਂਸ ਦੀ ਗੱਲ ਹੈ ਕਿ ਜਿਹੜੀ ਰਿਪੋਰਟ ਆਈ ਹੈ ਉਹ ਸੁਣਨ ਦੀ ਗੱਲ ਹੈ ਕਿ ਕਿਹੜੀ ਕਲੀਅਰੈਂਸ ਦੀ ਤੁਸੀਂ ਗੱਲ ਕਰ ਰਹੇ ਹੋ ਥੋੜਾ ਜਿਹਾ ਜਿਹੜੀ ਰਿਪੋਰਟ ਪਬਲਿਕ ਨੂੰ ਆਈ ਆ ਉਹ ਵੀ ਲਾਈਨਾਂ ਕੱਟੀ ਜਾਂਦੀਆਂ ਜਦੋਂ ਲੋਕਾਂ ਦੇ ਨਾਮ ਹੁੰਦੇ ਆ ਜੀ ਜਦੋਂ ਕਹਿੰਦੇ ਆ ਐਸ ਪਾਰਟੀ অর ਐਸ ਇੰਡੀਵਿਜੂਅਲ ਦਾ ਨਾਮ ਹੁੰਦਾ ਆ ਯੈਸ ਉਹ ਡਰਾਕਟ ਕਰ ਦਿੰਦੇ ਆ ਉਹ ਕਾਲੀ ਲਾਈਨ ਪਾ ਦਿੰਦੇ ਆ ਰਿਪੋਰਟ ਦੇ ਵਿੱਚ ਨਹੀਂ ਤਾਂ ਕੱਢ ਹੀ ਦਿੰਦੇ ਆ ਜੀ ਜੀ ਅਮ ਸੋ ਜੇ ਉਹ ਇਹੇ ਕਰਦੇ ਆ ਏ ਕਿ ਉਹ ਉਹਨਾਂ ਦਾ ਲੀਡਰ ਕਿਉਂ ਨਹੀਂ ਕਲੀਅਰੈਂਸ ਲੈਂਦਾ ਉਹਦੀ ਜ਼ਿੰਮੇਵਾਰੀ ਬਣਦੀ ਆ ਉਹਦਾ ਫਾਰਜ ਬਣਦਾ ਕਿਉਂ ਨਹੀਂ ਆਂਦਾ ਹੂੰ ਹੂੰ ਸ਼ੱਕ ਤਾਂ ਪੈਂਦੀ ਆ ਕਿਉਂ ਨਹੀਂ ਲੈਂਦਾ ਜੀ ਉਹ ਲੋਕਾਂ ਦਾ ਕੀ ਆ ਹੂੰ ਹੂੰ ਸੋ ਮੇਰੇ ਸਾਹਮਣੇ ਇਹ ਜੇ ਤੁਸੀਂ ਕੈਨੇਡਾ ਦੇ ਮੁਲਕ ਦਾ ਲੀਡਰ ਬਣਨਾ ਆਪਣੇ ਜ਼ਿੰਮੇਵਾਰੀ ਸਮਝੋ ਹੂੰ ਹੂੰ ਆਪਾਂ ਤੁਸੀਂ ਕਲੀਅਰੈਂਸ ਲੋ ਪਰ ਹੋਰ ਰਿਪੋਰਟ ਵਿੱਚ ਘੰ ਘਮ ਕਰੋ ਜੀ ਨਹੀਂ ਪਰ ਹੁਣ ਜਿਹੜਾ ਸਵਾਲ ਆਪਣਾ ਇਹ ਆ ਜਿਹੜੀ ਨੋਮੀਨੇਸ਼ਨ ਪ੍ਰੋਸੈਸ ਆ ਅਸੀਂ ਕਈ ਸਾਲਾਂ ਤੋਂ ਸੁਣਦੇ ਆ ਰਹੇ ਆ ਲੋਕ ਲੋਕ ਕਹਿੰਦੇ ਆ ਵੀ ਇਹ ਪ੍ਰੋਸੈਸ ਠੀਕ ਨਹੀਂ ਉਹਦੇ ਵਿੱਚ ਦੂਸਰੇ ਇਲਾਕਿਆਂ ਦੇ ਆ ਕੇ ਲੋਕ ਵੀ ਵੋਟ ਪਾ ਜਾਂਦੇ ਆ ਜਿਹੜਾ ਜਿਹੜੇ ਸਿਟੀਜ਼ਨ ਨਹੀਂ ਵੀ ਹੈਗਾ ਉਹ ਵੀ ਨੋਮੀਨੇਸ਼ਨ ਦੇ ਵਾਸਤੇ ਵੋਟ ਪਾ ਜਾਂਦਾ ਇਦਾਂ ਦੀ ਪਰਮਿਸ਼ਨ ਅਸੀਂ ਦਿੰਦੇ ਕਿਉਂ ਆ ਜੇ ਉਹ ਵੋਟ ਹੀ ਨਹੀਂ ਪਾ ਸਕਦਾ ਤੇ ਪਾਰਟੀ ਦੀ ਵੋਟ ਕਿਵੇਂ ਪਾ ਜਾਂਦਾ ਕਸ ਪਾਰਟੀਆਂ ਦੇ ਆਪਣੇ ਆਪਣੇ ਕਾਨੂੰਨ ਆ ਜਿਹੜੇ ਪਾਰਟੀ ਦੀ ਹਰੇਕ ਪਾਰਟੀ ਦਾ ਆਪਣਾ ਕਾਨੂੰਨ ਆ ਉਹਨਾਂ ਦੇ ਰੂਲਸ ਨੇ ਕੌਣ ਵੋਟ ਪਾ ਸਕਦਾ ਹਮਮ ਸੋ ਜੇ ਤੁਸੀ 14 ਸਾਲਾਂ ਦੀ ਏਜਾ ਜੇ ਤੁਸੀ ਕਨੇਡਾ ਦੇ ਰਹਿਨੇ ਆ ਹਮਮ ਠੀਕ ਹੈ ਤੁਸੀਂ ਵੋਟ ਪਾਸ ਕਰਦੇ ਆ ਪਾਰਟੀ ਨੂੰ ਐਂਡ ਇਫ ਯੂ ਆ एवरी ਪਾਰਟੀ ਹਾਸ ਅ ਡਿਫਰੈਂਟ ਰੂਲ ਬੇਸਡ ਔਨ ਤੁਸੀਂ ਰੈਜ਼ੀਡੈਂਟ ਯਾ ਪ੍ਰਿੰਸੀਪਲ ਰੈਜ਼ੀਡੈਂਟ ਯਾ ਔਰ ਸਿਟੀਜ਼ਨਸ਼ਿਪ ਯਾ ਪਰ ਇਹ ਮਸਲਾ ਜਿਹੜਾ ਆ ਸਭ ਤੋਂ ਬੜੀ ਚੀਜ਼ ਜਿਹੜੀ ਆ ਤੁਸੀਂ ਜਿਹੜੀ ਫੋਰਨ ਇੰਟਰਫੀਰੈਂਸ ਬਹੁਤ ਤਰੀਕੇ ਨਾਲ ਹੁੰਦੀ ਆ ਬਹੁਤ ਹਲੰਤੋ ਕੈਨੇਡਾ ਦੇ ਵਿੱਚ ਡਿਫਰੈਂਟ ਮੁਲਕਾਂ ਨੇ ਡਿਫਰੈਂਟ ਤਰੀਕੇ ਵਰਤੇ ਆ ਇਹ ਮੇਰਾ ਸਵਾਲ ਹੋਈ ਆ ਤੁਹਾਡੀ ਇਨੀ ਦੇਰ ਤੋਂ ਸਰਕਾਰ ਤੁਸੀਂ ਰੋਕਣ ਲਈ ਕੀ ਕੀਤਾ ਕਿਉਂ ਨਹੀਂ ਰੁਕ ਸਕੀ ਹੁਣ ਤੱਕ ਸੋ ਤੁਸੀਂ ਲੋਕਾਂ ਨੂੰ ਰੋਕ ਨਹੀਂ ਸਕਦੇ ਉਹਨਾਂ ਦਾ ਜਿਹੜਾ ਹੱਕ ਆ ਹਮਮ ਐਂਡ ਜਿਹੜੀ ਸਾਡੀ ਸਕਿਉਰਿਟੀ ਇੰਟੈਲੀਜੈਂਸ ਏਜੰਸੀਜ਼ ਆ ਸੀਸਸ ਹੋ ਗਈ ਆ ਆਰਸੀਐਮਪੀ ਹੋ ਗਿਆ ਜੇ ਕੋਈ ਗਲਤ ਹੋ ਰਿਹਾ ਉਹਨਾਂ ਦੇ ਜ਼ਿੰਮੇਵਾਰੀ ਬਣਦੇ ਤਾਂ ਹੀ ਸਰਕਾਰ ਨੇ ਬਿਲ ਸੀ 70 ਉਹਨਾਂ ਨੂੰ ਲਿਆਇਆ ਆ ਬਿਲ ਸੀ 70 ਨਮਾ 4 ਨੇ ਇੰਟਰਫੀਅਰੈਂਸ ਜਮਾ ਬੇਲਿਆ ਹਮਮ ਉਹਦੇ ਵਿੱਚ ਕਾਨੂੰਨ ਸਖਤ ਹੋ ਰਿਹਾ ਜਿਹੜੇ ਲੋਕੀ ਇਨਵੋਲਡ ਆ ਜਿਹੜੇ ਮੁਲਕ ਇਨਵੋਲਡ ਆ ਉਹ ਸਖਤੀ ਉਹਨਾਂ ਦੀ ਹੁਣ ਵਧਾਈ ਆ ਨਾਲੇ ਉਹਨਾਂ ਨੂੰ ਹੋਰ ਰਿਸੋਰਸਸ ਵੀ ਦਿੱਤੇ ਆ ਜਿਹੜੀ ਇੰਟਰਫੀਰੈਂਸ ਹੋ ਰਹੀ ਆ ਇੰਟਰਫੀਰੈਂਸ ਕੱਲੇ ਅ ਪਰਸਨ ਟੂ ਪਰਸਨ ਨਹੀਂ ਇੰਟਰਫੀਰੈਂਸ ਬਹੁਤ ਡਿਫਰੈਂਟ ਟਾਈਪਸ ਆਫ ਇੰਟਰਫੀਰੈਂਸ ਹੁੰਦੀ ਆ ਜਿਹੜੀ ਹੁੰਦੀ ਆ ਮੇਬੀ ਔਨਲਾਈਨ ਵੀ ਹੋ ਸਕਦੀ ਆ ਜਿਹੜੀ ਡਿਸਇਨਫਾਰਮੇਸ਼ਨ ਹੁੰਦੀ ਆ ਇੰਟਰਫੀਰੈਂਸ ਉਹਰੇ ਏਵੀ ਹੋ ਸਕਦੀ ਆ ਜਿਹੜੀ ਡਾਇਰੈਕਟ ਇੰਟਰਫੀਰੈਂਸ ਹੋ ਰਹੀ ਆ ਜਿਹੜੀ ਇੰਟਰਫੀਰੈਂਸ ਸਾਡੇ ਮੁਲਕ ਦੇ ਵਿੱਚ ਸਾਡੇ ਬੜਾ ਦੁੱਖ ਲੱਗਾ ਜਦੋਂ ਪੜਾ ਲੱਗਾ ਕੈਨੇਡਾ ਦੇ ਵਿੱਚ ਕੈਨੇਡੀਅਨ ਸਿਟੀਜ਼ਨ ਹਮ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਜੀ ਗੁਰਦੁਆਰੇ ਸਾਹਿਬ ਦੇ ਪ੍ਰਾਪਰਟੀ ਤੇ ਜਿਹੜੀ ਉਹਨਾਂ ਦੀ ਪ੍ਰਾਪਰਟੀ ਆ ਮਾਰਿਆ ਗਿਆ ਕਤਲ ਹੋਇਆ ਉਹਨਾਂ ਦਾ ਇਹ ਤਾਂ ਸਾਫ ਤੋਂ ਬੜੀ ਜਿਹੜੀ ਬਾਹਰਲੇ ਮੌਲਕ ਨੇ ਜਿਹੜੇ ਰਿਪੋਰਟਸ ਜਿਹੜੀ ਏਜੰਸੀਜ਼ ਕਰ ਰਹੀਆਂ ਬਾਹਲੇ ਮੁਲਕਾਂ ਨੇ ਉਹ ਰਿਪੋਰਟਿੰਗ ਕੀਤੀ ਆ ਉਹਨਾਂ ਦੇ ਕਹਿੰਦੇ ਆ ਉਸ ਏਜੰਸੀਜ਼ ਦਾ ਹੱਥ ਵਿੱਚ ਸੀ ਉਹਨਾਂ ਨੇ ਬੰਦੇ ਕਰਾਇਆ ਜਿਹੜੀ ਰਿਪੋਰਟਿੰਗ ਹੋਈ ਹੈ ਜਰਨਲਿਸਟਿਕ ਰਿਪੋਰਟਿੰਗ ਹੋਈ ਆ ਇਹ ਕੈਨੇਡਾ ਦੇ ਵਿੱਚ ਸਾਡੀ ਅੱਖਾਂ ਖੁੱਲ ਗਈਆਂ ਇਹ ਪ੍ਰੋਬਲਮ ਕਿੰਨੀ ਬੜੀ ਨੇ ਐਂਡ ਜੇ ਤੁਸੀਂ ਮੁਲਕ ਦੀ ਜ਼ਿੰਮੇਵਾਰੀਆਂ ਸਾਂਭਣੀਆਂ ਤੁਸੀਂ ਕਲੀਅਰੈਂਸ ਆਪਣੀ ਲਓ ਡਰਦੇ ਕਿਉਂ ਹੋਏ ਆ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਟ੍ਰੂਡੋ ਸਾਹਿਬ ਨੇ ਪਾਰਲਮੈਂਟ ਕਰਕੇ ਬੋਲਿਆ ਕਿ ਇਹ ਕਤਲ ਹੋਇਆ ਕੈਨੇਡੀਅਨ ਦਾ ਜੀ ਸਾਨੂੰ ਹਰੇਕ ਨੂੰ ਦੁੱਖ ਲੱਗਾ ਇਹ ਕੱਲਾ ਕੈਨੇਡੀਅਨ ਦਾ ਕੈਨੇਡਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਸਾਡੇ ਜਿਹੜੀ ਜਿਹੜੇ ਆਪਣੇ ਧਰਮ ਆ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਾਪਰਟੀ ਦੇ ਉੱਪਰ ਉਹਨਾਂ ਨੂੰ ਉਹਨਾਂ ਦਾ ਕਤਲ ਹੋਇਆ ਜੀ ਇਹ ਬੜਾ ਦੁੱਖ ਵੀ ਲੱਗਾ ਪਰ ਇਹ ਦੂਸਰੇ ਪਾਰਟੀ ਵਾਲੇ ਭੱਜੇ ਕਿਉਂ? ਕੰਸਰਵੇਟਿਵ ਪਾਰਟੀ ਵਾਲੇ ਮੁੱਕਰ ਕਿਉਂ ਗਏ? ਜਦੋਂ ਇਹ ਮਸਲਾ ਹੋਇਆ ਉਹ ਭੱਜੇ। ਉਹਨਾਂ ਦਾ ਲੀਡਰ ਕਹਿੰਦਾ ਪਾਰਲੀਮੈਂਟ ਚੈੱਕ ਕਰ ਕਹਿੰਦਾ মিডিਆ ਨੂੰ ਕਹਿੰਦਾ ਇੱਥੇ ਤਾਂ ਇਨਵੈਸਟੀਗੇਸ਼ਨ ਹੋਣੀ ਆ ਤਾਂ ਉਹਨਾਂ ਨੇ ਰਿਪੋਰਟ ਨਹੀਂ ਦਿੱਤੀ। ਉਹਨਾਂ ਦੇ ਐਮਪੀ ਕਿਉਂ ਨਹੀਂ ਉੱਥੇ ਬੈਠੇ ਸੀ? ਉਹ ਕਿਉਂ ਨਹੀਂ ਖੁੱਲ ਕੇ ਬੋਲ ਕੇ ਕਹਿੰਦੇ ਇਹ ਗਲਤ ਸੀ। ਹੂੰ ਹੂੰ ਮੈਂ ਤੁਹਾਨੂੰ ਪੁੱਛਦਾ ਹਾਂ ਨਾ ਇਹ ਸਵਾਲ ਤੁਹਾਨੂੰ ਪੁੱਛਦਾ ਤੁਹਾਨੂੰ ਇਹ ਵੀ ਪੁੱਛ ਲੈਣਾ ਜੇ 3D ਸਾਹਮਣੇ ਪੀਰ ਬਾਲੀ ਐਵਰ ਕੰਸਰਵੇਟਿਵ ਪਾਰਟੀ ਦਾ ਲੀਡਰ ਇੱਥੇ ਬੈਠਾ ਹੋਵੇ ਤੁਸੀਂ ਇਹ ਜਵਾਬ ਉਹਨਾਂ ਨੂੰ ਪੁੱਛੋਗੇ ਟੂ ਰਿਪੋਰਟ ਕਿਉਂ ਨਹੀਂ ਪੜ੍ਹੀ ਡੈਫੀਨਿਟਲੀ ਕਿਉਂ ਨਹੀਂ ਐਂਜੇ ਟੂ ਕਿਉਂ ਨਹੀਂ ਰਿਪੋਰਟ ਬੜਾ ਟੂ ਕਿਉਂ ਸਰਕਾਰ ਇਹ ਹਾਂ ਲਿਬਰਲ ਪਾਰਟੀ ਦਾ ਮਸਲਾ ਨਹੀਂ ਐਂਡੀਪੀ ਦਾ ਨਹੀਂ ਬਲੌਕ ਦਾ ਨਹੀਂ ਇਹ ਕੈਨੇਡਾ ਦਾ ਮਸਲਾ ਆ ਟੂ ਕਿਉਂ ਨਹੀਂ ਖੜ ਕੇ ਕਹਿਣਾ ਉਹ ਜਿਹੜੇ ਬੰਦੇ ਗਾਤ ਸੀ ਇਹ ਇਹ ਠੀਕ ਹੈ ਜੋ ਤੁਹਾਡਾ ਕਿ ਤੁਹਾਡੇ ਵਿਰੋਧੀ ਵਾਲੇ ਆ ਤੁਹਾਡਾ ਅਲੀਗੇਸ਼ਨ ਲਾਉਣਾ ਦਾ ਤੁਹਾਡਾ ਕਨਸਰਨ ਰੇਜ਼ ਰੇਜ਼ ਨਾ ਮੈਂ ਪਰ ਅਲੈਗੇਸ਼ਨ ਨਹੀਂ ਲਾ ਰਿਹਾ ਮੈਨੇ ਜਿਹੜੀ ਸਚਾਈ ਮੀਡੀਆ ਨੂੰ ਰਿਪੋਰਟਿੰਗ ਕੀਤੀ ਹੈ ਉਹੀ ਗੱਲ ਕਹਿ ਰਿਹਾ ਕਿ ਆ ਕਨਸਰਨ ਰੇਜ਼ ਕਰਨਾ ਤੁਹਾਡਾ ਹੱਕ ਆ ਪਰ ਸਵਾਲ ਇਹ ਆ ਕਿ ਤੁਹਾਡੀ ਸਰਕਾਰ ਨੇ ਇਹ ਇੰਟਰਫੀਰੈਂਸ ਰੋਕਣ ਲਈ ਕੀ ਕਦਮ ਚੁੱਕੇ ਨੇ ਹੁਣ ਹੁਣ ਤੁਸੀਂ ਦੱਸਿਆ ਕਿ ਬਿਲ ਆਇਆ ਪਿਛਲੇ 8 ਸਾਲਾਂ ਤੋਂ ਕਿਉਂ ਨਹੀਂ ਇਹਦੇ ਤੇ ਕੀ ਪਹਿਲਾਂ ਸਾਨੂੰ ਪਤਾ ਨਹੀਂ ਸੀ ਬਿਕਾਜ਼ ਐਨਸਕਾਪ ਵਾਲਿਆਂ ਨੇ ਆਪਣੀ ਰਿਵਿਊ ਕੀਤੀ ਆ ਜਿਹੜੀ ਸਰਕਾਰ ਨੂੰ ਉਹਨਾਂ ਨੇ ਇਹ ਇੰਡੀਪੈਂਡੈਂਟ ਬਾਡੀ ਆ ਜਿਹੜੀ ਸਾਡੀ ਸਰਕਾਰ ਨੇ ਸ਼ੁਰੂ ਕੀਤੀ ਸੀ ਆ ਪਾਰਲਮੈਂਟਰੀਅਨਸ ਤੁਸੀਂ ਪ੍ਰਾਈਵੇਟਲੀ ਰਿਵਿਊ ਕਰਕੇ ਪਾਰਲਮੈਂਟ ਨੂੰ ਦੱਸੋ ਕੀ ਹੋ ਰਿਹਾ ਆ ਕਿ ਤੁਹਾਨੂੰ ਜਿਹੜੀ ਉਹ ਹੈ ਡਵਾਈਸ ਆ ਜੀ ਜਿਹੜੀ ਤੁਹਾਨੂੰ ਉਹ ਇਨਫਰਮੇਸ਼ਨ ਆ ਉਹ ਤੁਸੀਂ ਸਾਨੂੰ ਇੰਡੀਪੈਂਡੈਂਟਲੀ ਰਿਵਿਊ ਕਰਕੇ ਦੱਸੋ ਹਰੇਕ ਪਾਰਟੀ ਦਾ ਹਿੱਸਾ ਹੈ ਉਹਦੇ ਵਿੱਚ ਉਹ ਸਿਕਿਉਰਿਟੀ ਕਲੀਅਰੈਂਸ ਲਾ ਕੇ ਬੰਦੇ ਪਾਉਂਦੇ ਆ ਪਰ ਮੈਨੂੰ ਇਹ ਇਹੀ ਗੱਲ ਆ ਬੈਕ ਟੂ ਉੱਥੇ ਜਾਂਦੀ ਆ ਜੇ ਜ਼ਿੰਮੇਵਾਰੀਆਂ ਸੰਭਾਲਣੀਆਂ ਆ रिपोर्ट ਤੁਸੀਂ ਪੜੋ ਆਡੀਓ ਪਰ ਦੱਸੋ ਕੀ ਤੁਸੀਂ ਕਹਿ ਸਕਦੇ ਕੀ ਨਹੀਂ ਉਹ ਕਿਉਂ ਨਹੀਂ ਪੜਦੇ ਉਹ ਕਿਉਂ ਨਹੀਂ ਰਿਵਿਊ ਕਰਦੇ ਸਿਕਿਉਰਿਟੀ ਕਲੀਅਰੈਂਸ ਕਿਉਂ ਨਹੀਂ ਲੈਂਦੇ ਲੋਕੋਂ ਦੇ ਕੀ ਮੈਂ ਇਹੀ ਸਵਾਲ ਤੁਹਾਨੂੰ ਪੁੱਛਦਾ ਕਿ ਮੈਨੂੰ ਆਪ ਨਹੀਂ ਪਤਾ ਜੀ ਚਾਰਜ ਪ੍ਰਾਈਮ ਮਿਨਿਸਟਰ ਨੇ ਵੀ ਇਹ ਕਿਹਾ ਜੀ ਕਿ ਇਹ ਮਾਮਲਾ ਬੜਾ ਕਨਸਰਨਿੰਗ ਹੈ ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਇਹ ਜਿਵੇਂ ਜਿਹੜੀ ਜਿਹੜੀ ਕਲੀਅਰੈਂਸ ਦੀ ਗੱਲ ਤੁਸੀਂ ਕਰ ਰਹੇ ਹੋ ਕਿ ਪੀਅਰ ਪੋਲੀਆਵ ਨੇ ਨਹੀਂ ਲਈ ਸਾਡੀਆਂ ਦੋ ਵੱਡੀਆਂ ਪਾਰਟੀਆਂ ਇੱਕ ਵੱਡੀ ਪਾਰਟੀ ਐਂਡੀਪੀ ਨੇ ਤੇ ਦੂਜੀ ਫਰੈਂਚ ਪਾਰਟੀ ਹੈ ਸਾਡੇ ਕੋਲ ਗ੍ਰੀਨ ਪਾਰਟੀ ਐਲਿਜ਼ਬਥ ਮੇ ਨੇ ਰਿਪੋਰਟ ਪੜ੍ਹੀ ਉਹ ਕਹਿੰਦੀ ਮੈਨੂੰ ਇਹਦੇ ਵਿੱਚ ਕੁਝ ਵੀ ਨਹੀਂ ਲੱਭਾ ਜਦੋਂ ਜਗਮੀਤ ਸਿੰਘ ਉਹਨਾਂ ਨੇ ਰਿਪੋਰਟ ਪੜ੍ਹੀ ਆ ਕਹਿੰਦੇ ਬਹੁਤ ਕਨਸਰਨਿੰਗ ਆ ਦੋਨਾਂ ਦੇ ਵਿਚਾਰ ਆਪਸ ਵਿੱਚ ਕਿਉਂ ਤੁਹਾਨੂੰ ਲੱਗਦਾ ਕਿ ਵੱਖਰੇ ਮਾਂ ਕਿਉਂ ਨਜ਼ਰ ਆਇਆ ਉਹਨਾਂ ਨੂੰ ਇੱਕ ਕਹਿੰਦਾ ਬਹੁਤ ਕਨਸਰਨਿੰਗ ਆ ਦੂਜੀ ਕਹਿੰਦੀ ਕੋਈ ਨਹੀਂ ਰੂਟੀਨ ਵਾਲੀ ਰਿਪੋਰਟ ਐ ਇਹ ਉਹਨਾਂ ਦੀ ਆਪਣੀ ਜਿਹੜੀ ਉਹਨਾਂ ਦੀ ਸੋਚੀ ਆ ਇੰਟਰਪ੍ਰੀਟੇਸ਼ਨ ਐ ਅਮ ਕੀ ਵਰਿ ਜਦੋਂ ਤੁਸੀਂ ਕਮਿਊਨਿਟੀ ਦੇ ਵਿੱਚੋਂ ਆਉਂਦੇ ਆ ਤੁਹਾਨੂੰ ਕਮਿਊਨਿਟੀ ਦੇ ਦੁੱਖ ਪਤਾ ਆ ਤੁਹਾਨੂੰ ਲੱਗਦਾ ਕੋਈ ਜਿਹੜਾ ਲਫ਼ਜ਼ ਲਿਖੇ ਹੁੰਦੇ ਆ ਉਹਦੇ ਤੁਸੀਂ ਤੁਹਾਡਾ ਉਹਨਾਂ ਦਾ ਵਿਊ ਪੁਆਇੰਟ ਡਿਫਰੈਂਟ ਹੋ ਸਕਦਾ ਜੀ ਜੀ ਮੈਨੂੰ ਨਹੀਂ ਪਤਾ ਉਹ ਕੈਸ ਰੀਜ਼ਨ ਲਈ ਉਹਨਾਂ ਨੇ ਰਿਪੋਰਟ ਪੜ੍ਹਿਆ ਆ ਜਾਂ ਮੇਰੇ ਕੋ ਮੈਂ ਆਪ ਰਿਪੋਰਟ ਦੇਖਿਆ ਆ ਪਰ ਉਹਨਾਂ ਨੇ ਸਿਕਿਉਰਿਟੀ ਕਲੀਅਰੈਂਸ ਲੈ ਕੇ ਪੜ੍ਹਿਆ ਆ ਪਰ ਸਭ ਤੋਂ ਬੈਕ ਟੂ ਜਿਹੜੀ ਸਾਨੂੰ ਸੋਚਣ ਵਾਲੀ ਚੀਜ਼ ਆ ਦੂਸਰੇ ਪਾਰਟੀ ਵਾਲਾ ਲੀਡਰ ਕਿਉਂ ਨਹੀਂ ਪੜਦਾ ਰਿਪੋਰਟਰ ਉਹ ਪੜ ਕੇ ਦੱਸੇ ਉਹਦੇ ਕੀ ਖਿਆਲ ਆ ਉਹ ਕਿਉਂ ਲੁੱਕਦਾ ਆ ਜੀ ਨਹੀਂ ਪਰ ਪਰ ਹੁਣ ਹੁਣ ਸਵਾਲ ਇਹ ਜਿਹਨੇ ਪੜੀ ਆ ਜਿਨ੍ਹਾਂ ਨੇ ਰਿਪੋਰਟ ਪੜ ਲਈ ਆ ਉਹ ਕੀ ਕਰ ਸਕਦੇ ਔਰ ਸੀਕਰਸੀ ਔਰ ਨਾ ਦੀ ਸਕਿਉਰਿਟੀ ਕਲੀਅਰੈਂਸ ਲੈ ਕੇ ਉਹ ਕਹਿ ਨਹੀਂ ਸਕਦੇ asli ਉਹਦੇ ਵਿੱਚ ਲਿਖਿਆ ਕੀ ਆ ਬਿਕੋਜ਼ that will be a breach of their security clearance ਜੇ ਇਹ ਵੀ ਦੇਖੋ ਜਿਹੜੀ ਸਾਡੀ RCMP ਆ CISC ਦੀ ਰਿਪੋਰਟਿੰਗ ਰਿਪੋਰਟ ਤੇ ਵਿੱਚ ਗਈ ਹੋਗੀ ਤੁਸੀਂ RCMP ਦਾ ਜਿਹੜਾ ਕੰਮ ਆ ਜਿਹੜੀ ਉਹਨਾਂ ਦੀ ਇਨਵੈਸਟੀਗੇਸ਼ਨ ਹੋ ਰਹੀਆਂ ਆ ਉਹਦੇ ਉੱਪਰ ਨੁਕਸਾਨ ਹੋ ਸਕਦਾ ਜੇ ਪਬਲਿਕ ਨੂੰ ਇਨਫਰਮੇਸ਼ਨ ਚੱਲ ਜਾਵੇ ਜਿਹੜੇ ਬੰਦਿਆਂ ਨੇ ਇੱਥੇ ਕੈਨੇਡਾ ਦੇ ਵਿੱਚ ਗਲਤ ਕੰਮ ਕੀਤੇ ਆ ਇੰਟਰਫੀਰੈਂਸ ਕੀਤੀ ਆ ਲੋ ਕਨੈਨਲ ੱਤਕਾ ਕੀਤਾ ਆ ਹਮਮ ਜੋ ਪਬਲਿਕ ਨੂੰ ਦੱਸਦਨ ਆ ਰਿਪੋਰਟ ਸਾਰਾ ਕੁਝ ਲਿਖਿਆ ਆ ਉਹ ਬੰਦੇ ਭੱਜ ਵੀ ਸਕਦੇ ਆ ਜਿੱਦੀ ਇਨਸਾਫ ਆ ਹਮਮ ਜਿੱਦੀ ਉਹ ਜਸਟਿਸ ਜਿਹੜੇ ਉਸ ਪਰਿਵਾਰ ਨੂੰ ਮਿਲਣੀ ਚਾਹੀਦੀ ਆ ਜਿਹੜੇ ਹੋਰ ਪਰਿਵਾਰਾਂ ਨੂੰ ਜਿਹੜੇ ਦੁੱਖ ਲੱਗਾ ਆ ਜਿਹੜੇ ਦੂਸਰੇ ਵੀ ਇੰਡੀਵਿਜੂਅਲਸ ਨੇ ਜਿਹਨਾਂ ਹਿਟਲੈਸ ਦੇ ਉੱਪਰ ਸੀ ਹਮਮ ਜਿਹਨਾਂ ਨੂੰ ਆ ਸੀਸਸ ਨੇ ਤਾਂ RCMP ਨੂੰ ਵਾਰਨ ਵੀ ਕੀਤਾ ਸੀ ਤੁਹਾਡਾ ਨਾਮ ਲਿਸਤੇ ਆ ਤੁਸੀਂ ਬਚ ਕੇ ਰਹੋ ਉਹ ਵੀ ਇਨਵੈਸਟੀਗੇਸ਼ਨ ਕੰਪਰੋਮਾਈਜ਼ ਹੋ ਸਕਦਾ ਹੈ ਜੇ ਤੁਸੀਂ ਪੂਲ ਡੀਟੈਲ ਪਬਲਿਕ ਨੂੰ ਦੱਸਦੇ ਪਰ ਉਹਨਾਂ ਨੇ ਇਹੀ ਗੱਲ ਕਹੀ ਆ ਜਿਹੜੀ ਜਿਆਦਾ ਇਸ਼ੂਜ਼ ਨੇ ਕਨਸਰਨਿੰਗ ਨੇ ਉਹਦੇ ਉੱਪਰ ਐਕਸ਼ਨ ਹੋਣਾ ਚਾਹੀਦਾ ਤਾਂ ਹੀ ਸਰਕਾਰ ਨੇ ਜਿਹੜਾ ਬਿਲ ਸੀ 70 ਆ ਜਿਹੜਾ ਸੁਖ ਧਾਲੀਵਾਲ ਸਾਹਿਬ ਨੇ ਮੇਰੇ ਕੋਲੀਗ ਜੀ ਮੈਂ ਉਹਨਾਂ ਦਾ ਸੈਕੰਡਰ ਸੀ ਬਿਲਟੇ M112 ਜਿਹੜੇ ਉਹਨਾਂ ਨੇ ਮੋਸ਼ਨ ਵੀ ਲੈ ਆਇਆ ਟੂ ਕੰਬੈਟ ਜਿਹੜਾ ਫੋਰ ਇੰਟਰਫੀਰੈਂਸ ਹੈ ਬਾਰੇ ਮੋਰਕਾਂਟੋ ਅਮ ਉਵੀ ਆਪਾ ਬੜੇ ਸਾਡੀ ਕਾਲੀਗਸ ਦੇ ਨਾਲ ઓ ਯੂਨਾਨੀਮਸਲੀ ਸਪੋਰਟ ਵੀ ਹੋਇਆ ਪਾਰਲੀਮੈਂਟ ਦੇ ਵਿੱਚ ਸੋ ਪਾਰਲੀਮੈਂਟ ਇਹੀ ਕਹਿੰਦੇ ਆ ਇਹ ਬਾਧ ਰਿਹਾ ਹੈ ਕੰਮ ਜਿਹੜਾ ਤਾਂ ਹੋ ਵੀ ਰਿਹਾ ਹੈ ਸਾਨੂੰ ਪਤਾ ਮੈਂ ਆਪਣੀ ਯੰਗ ਏਜ ਤੋਂ ਪੜਾ ਆਪਣੇ ਡੈਡੀ ਹੁਣੀ WSO World Health Organization ਦੇ ਪ੍ਰਧਾਨ ਰੇਆ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਮੈਨੂੰ ਛੋਟੇ ਬਚਪਨ ਤੋਂ ਪੜਾ ਜਿਹੜੇ ਡੈਡੀ ਹੁਣੀ ਤਾਂ ਅੰਕਲ ਹਰ ਜਿਹੜੇ ਨਾਲ ਹੁੰਦੇ ਸੀ ਉਹਨਾਂ ਨੂੰ ਇਹ ਗੱਲਾਂ ਕਰਦੇ ਹੁੰਦੇ ਸੀ ਇੰਟਰਫੀਰੈਂਸ ਇੱਥੇ ਬੜੀ ਹੋ ਰਹੀ ਆ ਤੁਸੀਂ ਧਿਆਨ ਨਾ ਬੋਲੋ ਧਿਆਨ ਨਾ ਜਿਹੜਾ ਕੋਈ ਹਿਊਮਨ ਰਾਈਟਸ ਦੇ ਇਸ਼ੂਸ ਨੇ ਉਹ 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 ਉਹਨਾਂ ਦੇ ਉੱਪਰ ਫੋਕਸ ਰੱਖੋ ਜੀ ਪਰ ਜਿਹੜੇ ਬਾਹਰਲੇ ਮੌਲਕ ਇੰਟਰਫੀਰੈਂਸ ਕਰ ਰਹੇ ਆ ਉਹ ਕੰਮ ਆ ਪਹਿਲਾਂ ਹੁੰਦੇ ਸੀ ਜਿਹੜੀ ਉਹ ਦੇਖਪਾਲ ਕਰਦੇ ਸੀ ਚੁਗਲੀਆਂ ਕਰਦੇ ਸੀ ਸਪਾਈਂ ਕਰਦੇ ਸੀ ਹੁਣ ਕੀ ਹੋ ਗਿਆ ਉਹਨਾਂ ਨੇ ਕੰਮ ਵਧਾਤਾ ਅਟੈਕ ਕਰਨਾ ਪਏ ਲੋਕਾਂ ਦੇ ਉੱਪਰ ਬੰਦੇ ਮਾਰਨਾ ਪਏ ਐਂ ਉਹਦੇ ਉੱਪਰ ਸਰਕਾਰ ਨੂੰ ਪੂਰੀ ਜੋਰ ਦੇ ਨਾਲ ਇਨਵੈਸਟੀਗੇਸ਼ਨ ਜਿਹੜਾ ਸਾਡੀ ਕਾਨੂੰਨ ਦੇ ਹਿਸਾਬ ਨਾਲ ਜਿਹੜੇ ਪਾਲਿਸੀਜ਼ ਆ ਕੈਨੇਡਾ ਦੇ ਆ ਜਿਹੜੀ ਆਪਣੀ ਪੁਲਿਸਿੰਗ ਜਰਸਡਿਕਸ਼ਨਸ ਆ ਜਿਹੜੇ ਸਾਡੇ ਸੀਸਸ ਏਜੰਸੀਜ਼ ਆ ਜਿਹੜੇ ਆਪਣੀ ਲੀਗਲ ਸਿਸਟਮ ਦੇ ਨਾਲ ਉਨ੍ਹਾਂ ਦੇ ਉੱਪਰ ਜਿਨ੍ਹਾਂ ਨੇ ਕੋਈ ਵੀ ਗਲਤ ਕੀਤਾ ਹੈ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਨੂੰ ਕਾਨੂੰਨ ਦੇ ਹਿਸਾਬ ਨਾਲ ਟ੍ਰੀਟਮੈਂਟ ਵੀ ਉਹੀ ਹੋਣੀ ਚਾਹੀਦੀ ਆ ਮੈਂ ਜੋ ਸਵਾਲ ਇਹ ਹੈ ਕਿ ਇੱਕ ਇੱਕ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਰਿਪੋਰਟ ਦੇ ਵਿੱਚ ਉਹ ਨਾਂ ਆ ਜਿਨ੍ਹਾਂ ਦੀ ਇਨਵੋਲਵਮੈਂਟ ਆ ਉਹ ਨਾਂ ਨਹੀਂ ਸਾਡੇ ਸਾਡੇ ਤੱਕ ਜਿਹੜੇ ਤੁਹਾਡੇ ਪੋਲੀਟੀਕਲ ਲੀਡਰਸ ਨੇ ਉਹਨਾਂ ਨੇ ਰਿਪੋਰਟ ਪੜ੍ਹ ਲਈ ਦੋ ਜਣਾਂ ਨੇ ਇੱਕ ਨੇ ਨਹੀਂ ਪੜ੍ਹੀ ਉਹਨਾਂ ਦੇ ਨਾਂ ਦੂਜੀ ਜਨਤਾ ਨੂੰ ਕਿਉਂ ਨਹੀਂ ਪਤਾ ਲੱਗਦੇ ਪਏ ਕਿ ਕੌਣ ਐਮਪੀ ਕਿਉਂ ਇਨਵੋਲਵ ਹੈ ਕਿਉਂ ਨਹੀਂ ਨਾਮ ਦੱਸੇ ਜਾ ਰਹੇ ਆ ਸੀਐਮਪੀ ਨੇ ਕਿਹਾ ਹੈ ਤੁਸੀਂ ਦੱਸ ਨਹੀਂ ਸਕਦਾ ਕਿ ਸਾਡੇ ਇਨਵੈਸਟੀਗੇਸ਼ਨ ਜਿਹੜੇ ਚੱਲ ਰਹੇ ਆ ਉਹ ਕੰਪਰੋਮਾਈਜ਼ ਹੋਊਗੇ ਜਿਹੜੀ ਇਨਸਾਫ ਆਪਾ ਛੋਂਦੇ ਆ ਉਹ ਕੰਪਰੋਮਾਈਜ਼ ਹੋ ਸਕਦੀ ਆ ਜੇ ਕੋਈ ਗਲਤ ਬੰਦੇ ਦੇ ਉੱਪਰ ਅਲਿਗੇਸ਼ਨ ਤੁਸੀਂ ਲਾ ਰਹੇ ਆ ਉਸ ਐਵਿਡੈਂਸ ਤੋਂ ਬਗੈਰ ਐਵਿਡੈਂਸ ਤੋਂ ਬਗੈਰ ਕਿਸੇ ਦੇ ਉੱਪਰ ਗਲਤ ਅਲਿਗੇਸ਼ਨ ਲੱਗ ਰਿਹਾ ਹੈ ਉਹਨਾਂ ਦਾ ਨੁਕਸਾਨ ਵੀ ਹੋ ਸਕਦਾ ਬਹੁਤ ਬੜਾ ਪਰ ਇਹ ਵੀ ਨਹੀਂ ਸਾਨੂੰ ਪਤਾ ਉਹਨਾਂ ਨੇ ਗਲਤੀ ਕੀਤੀ ਆ ਸੋ ਸੋ ਇਹ ਇਨਵੈਸਟੀਗੇਸ਼ਨ ਪ੍ਰੋਸੈਸ ਦੇ ਥਰੂ ਆਰਸੀਐਮਪੀ ਵੀ ਇਨਵੈਸਟੀਗੇਸ਼ਨ ਦੇ ਨਾਲ ਜੇ ਕਿਸ ਨੇ ਗਲਤ ਕੀਤਾ ਜਾਂ ਚਾਰਜ ਲੱਗਨੇ ਚਾਹੀਦੇ ਆ ਜਦੋਂ ਚਾਰਜ ਲੱਗੇ ਉਹ ਕਾਨੂੰਨ ਦੇ ਹਿਸਾਬ ਨਾਲ ਉਹ ਸਜ਼ਾ ਵੀ ਹੋਣੀ ਚਾਹੀਦੀ ਹੈ ਚਾਰ ਇੰਡੀਅਨ ਨੈਸ਼ਨਲ ਫੜੇ ਗਏ ਹਰਦੀਪ ਸਿੰਘ ਨਿੱਜਰ ਦੇ ਮਾਮਲੇ ਦੇ ਵਿੱਚ ਹਾਂਜੀ ਇਹ ਇਸ ਕੇਸ ਨੂੰ ਮੈਂ ਬਾਅਦ ਚ ਚੱਕਦਾ ਪਰ ਇੱਕ ਇੱਕ ਉਸ ਤੋਂ ਪਹਿਲਾਂ ਹਾਈਵੇ 401 ਤੇ ਇੱਕ ਕ੍ਰੈਸ਼ ਹੋਇਆ ਪੁਲਿਸ ਪਿੱਛਾ ਕਰ ਰਹੀ ਸੀ ਇੰਟਰਨੈਸ਼ਨਲ ਸਟੂਡੈਂਟ ਸੀ ਇੰਡੀਆ ਦਾ ਸੀ ਉਹ ਕਦੇ ਸਕੂਲ ਨਹੀਂ ਗਿਆ ਕਿਸੇ ਕੋਲ ਉਹਦੇ ਕੋਲ ਕੋਈ ਸਟੇਟਸ ਨਹੀਂ ਸੀ ਸਾਰਾ ਕੁਝ ਹੀ ਉਹਦਾ ਗਵਾਚਾ ਹੋਇਆ ਸੀ ਚੋਰੀਆਂ ਕਰਦਾ ਸੀ ਉਹ ਵੈਨ ਲੈ ਕੇ ਭੱਜਿਆ ਅੱਗੇ ਜਾ ਕੇ ਐਕਸੀਡੈਂਟ ਹੋਇਆ ਪੁਲਿਸ ਉਹਦਾ ਪਿੱਛਾ ਕਰ ਰਹੀ ਸੀ ਤਿੰਨ ਬੰਦੇ ਮਰ ਗਏ ਹੁਣ ਉਹਦੇ ਉੱਤੇ ਮੁਕਦਮੇਬਾਜ਼ੀ ਚੱਲੇਗੀ ਉਹ ਇੱਕ ਇੱਕ ਬੰਦਾ ਜਿਹਦੇ ਕੋਲ ਸਟੇਟਸ ਹੀ ਹੈ ਨਹੀਂ ਹੁਣ ਅਸੀਂ ਦੋਸ਼ ਤਾਂ ਲਾ ਦੇਾਂਗੇ ਜੀ ਇਹਦੇ ਪਿੱਛੇ ਕਾਂਸਪੀਰੇਸੀ ਹੋ ਸਕਦੀ ਹੈ ਥਿਊਰੀ ਕੋਈ ਵੀ ਬਣ ਸਕਦੀ ਹੈ ਡਿਪੋਰਟ ਕਿਉਂ ਨਹੀਂ ਕੀਤਾ ਜਾਂਦਾ ਜਿਹੜਾ ਬੰਦਾ ਸਾਡੇ ਕੋਲ ਸਟੇਟਸ ਹੀਨ ਹੈ ਸਟੇਟਸ ਲੈਸ ਆ ਅਸੀਂ ਉਹਨੂੰ ਰੱਖ ਕੇ ਕੀ ਕਰਨਾ ਬੀਕਾਜ਼ ਸਾਡੇ ਮੁਲਕ ਦੇ ਵਿੱਚ ਰਿਸ਼ੀ ਜੀ ਕਾਨੂੰਨ ਹੈ ਕਾਨੂੰਨ ਹੈ ਹਮਮ ਕਾਨੂੰਨ ਦੇ ਹਸਾਬ ਨਾਲ ਸਿਸਟਮ ਚੱਲ ਰਿਹਾ ਹੈ ਜੇ ਕਾਨੂੰਨ ਸਹੀ ਨਹੀਂ ਲੱਗਦੇ ਕਾਨੂੰਨ ਚੇਂਜ ਹੋ ਸਕਦੇ ਆ ਨਹੀਂ ਪਰ ਕਦੋਂ ਕਰਨੇ ਆ ਹੁਣ ਕਾਨੂੰਨ ਹੋ ਚੇਂਜ ਹੋਇਆ ਜੇ ਬੰਦਾ ਫੜ ਹੋਇਆ ਉਹਦੇ ਚਾਰਜ ਲੱਗੂਗੇ ਕਾਨੂੰਨ ਦੇ ਹਸਾਬ ਨਾਲ ਉਹਦੀ ਡਿਪੋਰਟੇਸ਼ਨ ਹੋਗੀ ਹਮਮ ਠੀਕ ਹੈ ਇਹ ਕਾਨੂੰਨ ਆ ਜੇ ਉਹ ਬੰਦਾ ਬਾਹਰਲੇ ਮੌਲਚੋਂ ਆਇਆ ਕੈਨੇਡਾ ਦੇ ਵਿੱਚ ਵੱੜ ਗਿਆ ਬਹੁਤ ਲੋਕੀ ਕੈਨੇਡਾ ਨੂੰ ਆਉਂਦੇ ਵੀ ਆ ਕੋਈ ਆਪਣੇ ਆ ਵੀ ਜਾਂਦੇ ਆ ਰਹਿ ਵੀ ਜਾਂਦੇ ਆ ਅਨ ਡਾਕੂਮੈਂਟਡ ਹੋ ਜਾਂਦੇ ਉਹਨਾਂ ਦਾ ਵੀਜ਼ਾ ਵੀ ਐਕਸਪਾਇਰ ਹੋ ਜਾਂਦਾ ਉਹ ਰਹਿ ਵੀ ਜਾਂਦੇ ਆ ਅੰਡਰਗਰਾਊਂਡ ਚਲ ਜਾਂਦੇ ਆ ਠੀਕ ਆ ਉਹ ਜਦੋਂ ਫਾਰ ਹੋ ਗਏ ਕਾਨੂੰਨ ਦੇ ਹਿਸਾਬ ਨਾਲ ਜੇ ਉਹਨਾਂ ਨੇ ਗਲਤ ਕੋਈ ਕੰਮ ਕੀਤਾ ਹੈ ਉਹਨਾਂ ਨੂੰ ਸਰਜਰ ਹੋ ਕੇ ਉਹ ਡੀਪੋਰਟੇਸ਼ਨ ਉਹਨਾਂ ਦੀ ਹੋਊਗੀ ਮੰਲੀ ਗੱਲ ਹੁਣ ਆਈਏ ਆਪ ਅਸੀਂ ਹਰਦੀਪ ਸਿੰਘ ਨੇਜਰ ਵਾਲੇ ਕੇਸ ਵਿੱਚ ਤੁਸੀਂ ਆਪ ਹੀ ਕਿਹਾ ਵੀ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਸੀ ਇਸ ਨੇ ਕਿਹਾ ਆਰਸੀਐਮਪੀ ਨੇ ਕਿਹਾ ਕਿ ਤੁਸੀਂ ਵੱਤ ਜਾਓ ਜਦੋਂ ਇਹ ਪਤਾ ਸੀ ਕਿ ਉਹਨਾਂ ਦੇ ਉਹਨਾਂ ਦੀ ਲਾਈਫ ਥ्रेटनिंग ਉਹਨਾਂ ਨੂੰ ਸਿਚੁਏਸ਼ਨ ਬਣਦੀ ਜਾ ਰਹੀ ਆ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਕਿਉਂ ਨਹੀਂ ਗਈ ਫਿਰ ਸੋ ਮੈਨੂੰ ਉਹ ਮਰ ਕਿਵੇਂ ਗਏ ਮੈਨੂੰ ਇਹ ਨਹੀਂ ਪਤਾ ਉਹਨਾਂ ਨੂੰ ਕੀ ਇੰਟੈਲੀਜੈਂਸ ਉਹਨਾਂ ਨੂੰ ਗਈ ਸੀ ਦੂਸਰੇ ਬੰਦੇ ਨੂੰ ਕੀ ਇੰਟੈਲੀਜੈਂਸ ਗਈ ਸੀ ਉਹ ਸਾਨੂੰ ਨਹੀਂ ਪਤਾ ਉਹ ਉਹਨਾਂ ਨੂੰ ਪਤਾ ਸਿਕਿਉਰਿਟੀ ਏਜੰਸੀਜ਼ ਦੇ ਨਾਲ ਸਿਕਿਉਰਿਟੀ ਏਜੰਸੀ ਡਿਊਟੀ ਟੂ ਵਾਰਨ ਹੁੰਦੇ ਆ ਉਹਨਾਂ ਨੂੰ ਦੱਸਿਆ ਸੀ ਠੀਕ ਹੈ ਪਰ ਉਹਨਾਂ ਦੇ ਇਹ ਨਹੀਂ ਪਤਾ ਲੈਵਲ ਆਫ ਸੀਰੀਅਸਨੈਸ ਕਿੰਨੀ ਸੀ ਮੈਨੂੰ ਨਹੀਂ ਪਤਾ ਉਸ ਨਹੀਂ ਜਦੋਂ ਜਦੋਂ ਜਾਨ ਨੂੰ ਖਤਰਾ ਆਇਆ ਤੇ ਲੈਵਲ ਆਫ ਸੀਰੀਅਸ ਪਰ ਪੁਲਿਸ ਨੇ ਉਹਨਾਂ ਨੂੰ ਕੰਟੈਕਟ ਕੀਤਾ ਸੀ ਸੀਸਸ ਨੇ ਤੇ ਪੁਲਿਸਿੰਗ ਏਜੰਸੀਸ ਨੇ ਐਂਡ ਸੋ ਉਹਨਾਂ ਨੂੰ ਪਤਾ ਕੀ ਉਹਨਾਂ ਦੇ ਨਾਲ ਗੱਲਬਾਤ ਹੋਈ ਆ ਆਪਾਂ ਸਪੈਕੂਲੇਟ ਸਾਨੂੰ ਕਰਨਾ ਨਹੀਂ ਚਾਹੀਦਾ ਜਿਹੜੀ ਐਵਿਡੈਂਸ ਆ ਜਿਹੜੀ RCMP ਨੇ ਚਾਰजेस ਲਾਏ ਆ ਉਹਨਾਂ ਨੇ ਬੰਦੇ ਫੜ ਵੀ ਲਏ ਆ ਜੀ ਉਹਨਾਂ ਦੀ ਹੁਣ ਪੂਰੀ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਦੀ ਹੁਣ ਉਹ ਵੀ ਲੀਗਲ ਸਿਸਟਮ ਦੇ ਹਿਸਾਬ ਨਾਲ ਉਹਨਾਂ ਦੀ ਪੂਰੀ ਹੋਗੀ ਕਾਨੂੰਨ ਦੇ ਹਿਸਾਬ ਨਾਲ ਐਂਡ ਜਿਹੜੀ ਉਹ ਅਲਿਗੇਸ਼ਨਸ ਜਾਂ ਐਵਿਡੈਂਸ ਦੇ ਨਾਲ ਹੋਗੀ ਪਰ ਆਪਾਂ ਇਹ ਕਾਨੂੰਨ ਤੁਸੀਂ ਇਹ ਨਹੀਂ ਕਹ ਸਕਦੇ ਪਾਲਸਹੋਨਰ ਕਿ ਸਾਨੂੰ ਚਾਕੇ ਉਹਨਾਂ ਨੂੰ ਸਜ਼ਾ ਦੇ ਕੇ ਕੱਢ ਦੋ ਇਹ ਕਾਨੂੰਨ ਆ ਕਾਨੂੰਨ ਦੇ हिसाब ਨਾਲ ਸਫ ਕੋਸ ਚੱਲਦਾ ਜਿਹੜੇ ਕਾਨੂੰਨ ਬਣੇ ਸੀ ਡਿਊਟੀ ਟੂ ਓਰਨਿਆ ਜਿਹੜੇ ਥ੍ਰੈਟ ਆਈ ਸੀ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਨੂੰ ਜ਼ਿੰਮੇਵਾਰੀ ਸਗੀ ਉਹਨਾਂ ਨੂੰ ਦੱਸਣ ਨੂੰ ਕੀ ਲੈਵਲ ਆਫ ਥ੍ਰੈਟ ਕੀ ਸੀ ਸਾਨੂੰ ਇਹ ਨਹੀਂ ਪਤਾ ਇਹ ਤੋਂ ਕਿ ਇਹ ਤੋਂ ਗੈਵੀ ਜੋਟ ਬੱਟ ਰੇਸ਼ੀ ਜੀ ਜਿਹੜੀ ਗੱਲ ਆ ਹਮ ਹਮ ਜਿਹੜਾ ਕਤਲ ਹੋਇਆ ਕਹਨੇ ਕੀਤਾ ਕਿ ਹੋਂ ਹੋਇਆ ਹਮ ਹਮ ਆਪਾਂ ਇਹ ਹੁਣ ਆਪਾਂ ਇਹ ਦੇਖ ਰਹੇ ਆ ਆ ਕਿਉਂ ਨਹੀਂ ਹੋਇਆ ਉਹ ਕਿਉਂ ਨਹੀਂ ਹੋਇਆ ਪਰ ਹੋਇਆ ਆ ਕੈਨੇਡਾ ਦੇ ਵਿੱਚ ਹੋਇਆ ਗੁਰਦੁਆਰਾ ਸਾਹਿਬ ਪ੍ਰੋਪਰਟੀ ਦੇ ਹੋਇਆ ਆ ਨਹੀਂ ਪਰ ਇਹਨੂੰ ਕਤਲ ਹੋਇਆ ਆ ਇਹਨੂੰ ਰੋਕਣ ਲਈ ਕੀ ਕੀਤਾ ਜਾ ਰਿਹਾ ਮੇਰਾ ਸਵਾਲ ਤੇ ਜਿਹੜੇ ਮਲਕ ਕਰਦੇ ਆ ਜਿਹੜੇ ਬੰਦਿਆਂ ਤੋਂ ਕਰਾਏ ਆ ਜੇ ਰੋਕਣਾ ਹੈ ਉਹ ਬੰਦੇ ਉਹ ਜਿਹਨਾਂ ਨੇ ਉਹ ਸਕੀਮ ਚਲਾਈ ਆ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ ਬਿਕਾਜ਼ ਕੈਨੇਡਾ ਦੇ ਵਿੱਚ ਅਨ ਇਹ ਦੁੱਖ ਲੱਗਦਾ ਕਿ ਸਾਡੇ ਕਮਿਊਨਿਟੀ ਦਾ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਸੀ ਠੀਕ ਹੈ ਉਹ ਆਪਣੇ ਹਿਊਮਨ ਰਾਈਟਸ ਲਈ ਐਡਵੋਕਸੀ ਕਰਦਾ ਸੀ ਜੇ ਤੁਸੀਂ ਐਗਰੀ ਕਰਦੇ ਨਹੀਂ ਉਹ ਤੁਹਾਡੀ ਮਰਜ਼ੀ ਆ ਜਿਹੜੀ ਪਬਲਿਕ ਦੀ ਆ ਪਰ ਉਹ ਕਰਦਾ ਸੀ ਜੇ ਕੈਨੇਡਾ ਦੇ ਵਿੱਚ ਐਂ ਸਾਡੀ ਜ਼ਿੰਮੇਵਾਰੀ ਆ ਜਿਹੜੇ ਸਾਡੇ ਵੈਲਿਊਜ਼ ਨੇ ਹਰੇਕ ਕੈਨੇਡੀਅਨ ਨੂੰ ਪ੍ਰੋਟੈਕਟ ਕਰਨਾ ਹਰੇਕ ਕੈਨੇਡੀਅਨ ਸੇਫ ਹੋਵੇ ਆਪਣੇ ਕਮਿਊਨਿਟੀਜ਼ ਦੇ ਵਿੱਚ ਐਂ ਸੋ ਅੱਜ ਜਿਹੜੀ ਚੀਜ਼ ਆ ਵੀ ਸਾਨੂੰ ਕਾਨੂੰਨ ਸਖਤੀ ਵੀ ਕਰਨੀ ਚਾਹੀਦੀ ਆ ਪ੍ਰੋਟੈਕਸ਼ਨਸ ਵੀ ਦੇਣੇ ਚਾਹੀਦੇ ਆ ਜਿੱਥੇ आरसीएमपी ਤਾਂ ਸੀਸੇ ਸਾਲੇ ਦੇਖਦੇ ਆ ਥ੍ਰੈਟ ਜਿਆਦਾ ਹੈਗਾ ਆ ਪਰ ਉਹਨਾਂ ਨੂੰ ਇੰਟੈਲੀਜੈਂਸ ਵੀ ਆਉਂਦੀ ਆ ਜਦੋਂ ਮੈਨੂੰ ਇਹ ਵੀ ਦੱਸ ਦੇਣਾ ਪ੍ਰਧਾਨ ਮੰਤਰੀ ਸਾਹਿਬ ਨੇ ਪਾਰਲੀਮੈਂਟ ਤੇ ਕਿਹਾ ਜਦੋਂ ਬੋਲੇ ਉਹਨਾਂ ਨੇ ਕਿਹਾ ਹਨਾ ਆਪਣੇ ਕਮਿਊਨਿਟੀ ਬੜੀ ਜੁੜੀ ਸੀ ਕਹਿੰਦੀ ਸੀ ਗਲਤ ਇਹ ਕਹਿਣਾ ਚਾਹੀਦਾ ਸੀ ਸਖਤੀ ਹੋਣੀ ਚਾਹੀਦੀ ਹੈ ਕਾਨੂੰਨ ਹੋਣੇ ਚਾਹੀਦੇ ਆ ਆਪਾਂ ਸਾਡੇ ਮੋਲਕ ਦੇ ਕਾਨੂੰਨ ਦੇ ਹਿਸਾਬ ਨਾਲ ਸਜ਼ਾ ਹੋਣੀ ਚਾਹੀਦੀ ਆ ਐਂਡ ਉਹ ਹੋ ਰਿਹਾ ਉਹ ਪ੍ਰੋਸੈਸ ਚੱਲ ਰਹੀ ਐ ਤੇ ਬੰਦੇ ਫਾੜ ਵੀ ਹੋਏ ਆ ਇਨਵੈਸਟੀਗੇਸ਼ਨ ਵੀ ਹੋ ਰਹੀ ਐ ਚਾਰਜ ਵੀ ਲੱਗੇ ਆ ਜੀ ਤੇ ਉਹਦੇ ਹਿਸਾਬ ਨਾਲ ਕੈਦ ਵੀ ਹੋਗੀ ਠੀਕ ਐ ਉਹ ਡਿਪਟਿਸ ਪਰ ਇਹ ਮੈਨੂੰ ਆਪ ਦੱਸ ਦੇਣਾ ਲੋਕੀ ਕਹਿੰਦੇ ਆ ਤੁਸੀਂ ਆ ਤੱਕ ਕਰਤਾ ਹੁਣ ਹੁਣ ਸਾਡੇ ਵੀਜ਼ੇ ਬੰਦ ਹੋ ਗਏ ਆ ਹੁਣ ਆਪਾਂ ਜਾ ਨਹੀਂ ਸਕਦੇ ਆਪਾਂ ਦਾ ਹੈਗੇ ਆ ਇਹ ਤਾਂ ਵਧੀਆ ਕਾਨੂੰਨ ਨੇ ਬੜਾ ਸਖਤ ਕੀਤਾ ਆ ਸਾਡੇ ਵੀਜ਼ੇ ਤੋਂ ਲਵਾ ਦਿਓ ਆਪਾਂ ਇੰਡੀਆ ਹੁਣ ਜਾਣਾ ਆਪਾਂ ਦੂਸਰੇ ਮੋਲਕ ਨੂੰ ਜਾਣਾ ਸੋ ਆਪਾਂ ਦੂਸਰੇ ਮੋਲਕਾਂ ਦੇ ਜਿਹੜੇ ਕਾਨੂੰਨ ਹੈ ਸਾਡੇ ਕਾਨੂੰਨ ਤੋਂ ਅਲੱਗ ਹੁੰਦੇ ਆ ਆਫਕੋਰਸ ਜੋ ਬ੍ਰੌਕੇ ਜੋੜਨਾ ਨੇ ਕੀਤੀ ਆ ਲੋ ਇੱਕ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਗਵਰਨਮੈਂਟ ਆਫ ਇੰਡੀਆ ਦੀ ਰਿਪੋਰਟ ਸੀ ਇਹ ਉਹ ਕਹਿੰਦੇ ਜੀ ਕਿ ਜਦੋਂ 1985 ਦੇ ਵਿੱਚ ਜਹਾਜ਼ ਉਟਿਆ 에ਅਰ ਕੈਨੇਡਾ ਦੀ ਫਲਾਈਟ ਦਾ ਵਾਲਾ ਮਾਮਲਾ ਹੋਇਆ ਉਸ ਵੇਲੇ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਸੀ ਇੰਡੀਆ ਦੇ ਵਿੱਚ ਇੱਥੇ ਪੀਅਰ ਪੀਅਰ ਟਰੂਡੋ ਪ੍ਰਾਈਮ ਮਿਨਿਸਟਰ ਸਨ ਉਸ ਵੇਲੇ ਜਸਟਨ ਟਰੂਡੋ ਦੇ ਪਿਤਾ ਜੀ ਉਦੋਂ ਇੱਕ ਬੰਦੇ ਨੂੰ ਐਕਸੈਡਾਈਟ ਕਰਨ ਦੀ ਗੱਲ ਕੀਤੀ ਗਈ। ਟਰੂਡੋ ਨੇ ਉਸ ਵੇਲੇ ਸੀਨੀਅਰ ਟਰੂਡੋ ਨੇ ਨਾ ਕਰ ਦਿੱਤੀ ਵੀ ਨਹੀਂ ਨਹੀਂ ਬੰਦਾ ਭੇਜਣਾ। ਫਾਈਨ। ਉਹ ਤੁਹਾਡਾ ਕਾਨੂੰਨ ਹੈ, ਕੈਨੇਡਾ ਦਾ ਕਾਨੂੰਨ ਹੈ। ਉਹ ਕਹਿੰਦੇ ਜੀ ਨਹੀਂ ਦਿੰਦਾ ਉਹਨਾਂ ਨੇ। ਆਲਟੀਮੇਟਲੀ ਉਹ ਬੰਦਾ ਇੰਡੀਆ ਦੇ ਵਿੱਚ ਜਾ ਕੇ ਮਾਰਿਆ ਗਿਆ। ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ। ਹੁਣ ਗਵਰਨਮੈਂਟ ਆਫ ਇੰਡੀਆ ਕਹਿ ਰਹੀ ਹੈ ਕਿ ਸਾਡੇ ਦੇਸ਼ ਨੂੰ ਤੋੜਨ ਵਾਲੇ, ਖਾਲਿਸਤਾਨ ਦੀ ਗੱਲ ਕਰਨ ਵਾਲਿਆਂ ਨੂੰ ਕੈਨੇਡਾ ਦੀ ਸਰਕਾਰ ਉਹਨਾਂ ਨੂੰ ਪੂਰਾ ਸ਼ੈਲਟਰ ਦਿੰਦੀ ਆ ਉਹਨਾਂ ਨੂੰ ਪ੍ਰਮੋਟ ਕਰਦੀ ਆ ਤਾਂ ਕੀ ਇਹ ਇੰਡੀਆ ਦੇ ਮੁਤਾਬਕ ਇੰਡੀਆ ਦੇ ਕਹਿਣ ਮੁਤਾਬਕ ਇਹ ਉਹਨਾਂ ਦੇ ਮਾਮਲਿਆਂ 'ਚ ਦਖਲਅੰਦਾਜ਼ੀ ਨਹੀਂ ਸੋ ਜਿਹੜੀ ਫੋਰਨ ਸਾਡੀ ਹੈਗੀ ਆ ਚਾਰਟਰ ਆਫ ਰਾਈਟਸ ਐਂਡ ਫਰੀडम ਕੈਨੇਡਾ ਦੇ ਵਿੱਚ ਜੀ ਜੀ ਕੈਨੇਡਾ ਦੇ ਵਿੱਚ ਕਾਨੂੰਨ ਦੇ ਹਿਸਾਬ ਨਾਲ ਜਿਹੜਾ ਚਾਰਟਰ ਹੈ ਆ ਯੂ ਆਰ ਫਰੀडम ਆਫ ਸਪੀਚ ਨਾਟ ਫਰੀडम ਆਫ ਹੇਟ ਤੁਸੀਂ ਨਫਰਤ ਨਹੀਂ ਕਰ ਸਕਦੇ ਕਿਸੇ ਇੰਡੀਵਿਜੂਅਲ ਔਰ ਕਿਸੇ ਦੇ ਬਾਰੇ ਬਟ ਯੂ ਆ ਫਰੀडम ਆਫ ਸਪੀਚ ਸੋ ਜੇ ਕੈਨੇਡਾ ਦੇ ਵਿੱਚ ਸਾਡੇ ਕਵੈਕ ਦੇ ਵਿੱਚ ਸੋਵਰਨਟੀ ਮੂਵਮੈਂਟ ਆ ਸਾਡੇ ਕੈਨੇਡਾ ਦੇ ਵਿੱਚ ਕਾਨੂੰਨ ਦੇ ਹਿਸਾਬ ਨਾਲ ਹਮ ਬਲੌਕ ਕਵੈਕਵਾ ਪਾਰਟੀ ਆ ਉਹਨਾਂ ਦੀ ਪਾਰਟੀ ਕਵੈਕਵਾ ਪਾਰਟੀ ਆ ਉਹ ਕਹਿੰਦੇ ਆ ਪਰ ਰੈਫਰੈਂਡਮ ਰੱਖਣਾ ਸੈਪਰੇਟ ਹੋਣ ਦਾ ਹੋਇਆ ਵੀ ਆ ਹਮ ਕੈਨੇਡਾ ਦੇ ਵਿੱਚ ਹੋ ਰਿਹਾ ਆ ਜਿਹੜੀ ਕੈਨੇਡਾ ਦੇ ਵਿੱਚ ਕੋਈ ਵੀ ਆਪਣੀ ਜਿਹੜੀ ਪ੍ਰਚਾਰ ਆ ਤੁਸੀਂ ਕਰ ਰਿਆ ਜੀ ਸਾਡੇ ਕਾਨੂੰਨ ਦੇ ਹਸਾਬ ਨਾਲ ਤੁਸੀਂ ਕਰ ਸਕਦੇ ਆ ਹਮਮ ਦੂਸਰੇ ਵੀ ਮੁਲਕਾਂ ਵਿੱਚ ਹੋ ਰਿਹਾ ਆ ਅਮਰੀਕਾ 'ਚ ਵੀ ਹੋ ਰਿਹਾ ਆ ਆਸਟ੍ਰੇਲੀਆ ਦੇ ਵਿੱਚ ਵੀ ਹੋ ਰਿਹਾ ਆ ਇੰਗਲੈਂਡ ਦੇ ਵਿੱਚ ਵੀ ਹੋ ਰਿਹਾ ਹਮਮ ਪਰ ਜਿਹੜਾ ਵਾਇਲੈਂਟ ਐਕਟ ਆ ਜੀ ਦੂਸਰਾ ਮੌਲਕਾ ਦੂਸਰੇ ਮੁਲਕ ਦੇ ਧਰਤੀ ਤੇ ਜਾ ਕੇ ਵਾਇਲੈਂਟ ਐਕਟ ਕਰਦੇ ਆ ਕਿਸੇ ਦਾ ਕਤਲ ਕਰਦੇ ਆ ਇਹ ਆ ਹੁਣ ਐਸਕੇਲੇਸ਼ਨ ਬਹੁਤ ਬੜੀ ਹੋ ਗਈ ਆ ਐਂ ਜਿਹੜੀ ਉਹਨਾਂ ਦੀ ਜਿਹੜੀ ਲੈਵਲ ਆਵਰ ਇਹ ਹੋਂ ਨੋ ਮੋਰ ਡੈਮੋਕ੍ਰੇਸੀ ਦੀ ਗੱਲ ਨਹੀਂ ਹੋਣਾ ਇਹ ਲੜਾਈ ਦੀਆਂ ਗੱਲਾਂ ਆ ਜਿਹੜੀ ਕਿਸੇ ਨੂੰ ਮਾਰਨਾ ਕਰਨਾ ਪਰ ਉਹ ਆਪਣੇ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਦੇ ਮੁਲਕ ਦੇ ਵਿੱਚ ਜੋ ਵੀ ਉਹਨਾਂ ਦੇ ਕਾਨੂੰਨ ਨੇ ਉਹ ਉਹ ਉਹਨਾਂ ਦੇ ਕਾਨੂੰਨ ਦੇ ਹਿਸਾਬ ਨਾਲ ਚੱਲਣ ਸਾਡੇ ਕਾਨੂੰਨ ਦੇ ਹਿਸਾਬ ਨਾਲ ਇੰਡੀਵਿਜੂਅਲ ਹੈਜ਼ ਦਾ ਰਾਈਟ ਫॉर ਫਰੀडम ਆਫ ਸਪੀਚ ਅੰਡਰ ਦਾ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਟੂ ਐਡਵੋਕੇਟ ਫॉर ਵਾਟ ਦੇ ਬਲੀਵ ਇਟ ਜੀ ਪਰ ਮੈਂ ਏਵੀਗਨ ਜਿਹੜੇ ਆਪਣੇ ਮੇਰੇ ਦੋਸਤ ਵੀ ਬਹੁਤ ਨੇ ਹਰੇਕ ਕਮਿਊਨਿਟੀ ਤੋਂ ਆ ਆਪਣੇ ਇੰਡੀਆ ਬਹੁਤ ਸਾਰੇ ਇੰਡੀਆ ਇੰਡੀਆ ਬਹੁਤ ਬੜਾ ਮੁਲਕ ਹੈ ਆ ਆਪਣੇ ਕੋਈ Hindu ਆ ਕੋਈ Sikh ਆ ਕੋਈ Muslim ਆ ਕੋਈ Christian ਆ ਅਮ ਕੈਨੇਡਾ ਨੂੰ ਕਿਉਂ ਆ ਰਹੇ ਆ ਲੋਕੀ ਦੁਨੀਆ ਤੋਂ ਬਿਕਾਜ਼ ਇੱਥੇ ਸਾਡੀ ਫਰੀडम ਹੈ ਤੁਹਾਡਾ ਧਰਮ ਹੈ ਤੁਹਾਡਾ ਸਮਾਜ ਹੈ ਜਰ ਤੁਸੀਂ ਤੇ ਕੋਲ ਕੇ ਬੋਲ ਵੀ ਸਕਦੇ ਆ ਆਪਣੇ ਪਰ ਡਿਸਕਸ਼ਨ ਵੀ ਜਿੱਦਾ ਆਪਾਂ ਅੱਜ ਡਿਸਕਸ਼ਨ ਕਰਦੇ ਡਿਸਕਸ਼ਨ ਵੀ ਕਰ ਸਕਦੇ ਆ ਡੈਫੀਨਿਟਲੀ ਜੋਰਜ ਤੁਸੀਂ ਕਿਹਾ ਕਿ ਜਦੋਂ ਜਿਹੜੀ ਗਵਰਨਮੈਂਟ ਆਫ ਇੰਡੀਆ ਦੇ ਆਬਜੈਕਸ਼ਨ ਆ ਤੇ ਤੁਸੀਂ ਕਿਹਾ ਕਿ ਸਾਡੀ ਫਰੀडम ਆਫ ਸਪੀਚ ਦੀ ਗੱਲ ਹੈ ਕੈਨੇਡਾ ਦਾ ਕਾਨੂੰਨ ਇਹ ਕਹਿੰਦਾ ਕੈਨੇਡਾ ਦੇ ਵਿੱਚ ਵੀ ਰੈਫਰੈਂਡਮ ਦੀ ਗੱਲ ਚੱਲੀ ਆ ਜਿਹੜੇ ਕੋਬੈਕ ਨੂੰ ਲੈ ਕੇ ਹਾਂਜੀ ਸਵਾਲ ਇਹ ਆ ਕਿ ਕੋਬੈਕ ਦੇ ਵਿੱਚ ਰਹਿ ਕੇ ਕੈਨੇਡਾ ਦੇ ਵਿੱਚ ਰਹਿ ਕੇ ਕੈਨੇਡਾ ਦੇ ਵਿੱਚ ਹੀ ਆਜ਼ਾਦੀ ਮੰਗਣੀ ਜਾਂ ਆਪਣੇ ਇੱਕ ਸੂਬੇ ਨੂੰ ਵੱਖਰਾ ਕਰਨ ਦੀ ਮੰਗ ਇਹ ਇੱਕ ਇਸ਼ੂ ਹੈ ਦੂਜਾ ਇਸ਼ੂ ਇਹ ਆ ਕਿ ਇੰਡੀਆ ਦੇ ਵਿੱਚ ਇੰਡੀਆ ਦੇ ਇੱਕ ਹਿੱਸੇ ਨੂੰ ਵੱਖ ਕਰਨ ਦੀ ਮੰਗ ਕੈਨੇਡਾ ਝੁਟ ਰਹੀ ਹੈ ਜੇ ਇਹੀ ਮੰਗ ਕੁਵੈਕ ਨੂੰ ਆਜ਼ਾਦ ਕਰਨ ਦੀ ਮੰਗ ਇੰਡੀਆ ਵਿੱਚ ਉੱਥੇ ਤਾਂ ਕੈਨੇਡਾ ਉਹਨੂੰ ਕਿਵੇਂ ਦੇਖੇਗਾ ਕੀ ਉਹ ਇੰਟਰਫੀਰੈਂਸ ਨਹੀਂ ਹੋਏਗੀ ਸੋ ਪਹਿਲੀ ਚੀਜ਼ ਜਿਹੜੀ ਤੁਸੀਂ ਸਾਡੀ ਫਰੀਡਮਸ ਹੈ ਸਾਡੀ ਜਿਹੜੀ ਹਾਂ ਜਦ ਕੈਬੈਕ ਦਾ ਰੈਫਰੈਂਡਮ ਉਥੇ ਹੋ ਵੀ ਰਿਹਾ ਸੀ ਫ੍ਰਾਂਸ ਦੇ ਵਿੱਚੋ ਬੜੀ ਡਿਬੇਟ ਹੋ ਰਹੀ ਸੀ ਸਪੋਰਟ ਵੀ ਕਰਦੇ ਸੀ ਜੀ ਜੀ ਠੀਕ ਹੈ ਡੈਫੀਨਿਟਲੀ ਸੋ ਕੈਨੇਡਾ ਦੇ ਵਿੱਚ ਸਾਡੇ ਕਾਨੂੰਨ ਇਹ ਆ ਜਿਹੜੇ ਸਾਡੇ ਫਰੀਡਮਸ ਨੇ ਉਹ ਹੋ ਰਹੇ ਇੰਡੀਆ ਨੇ ਕਾਨੂੰਨ ਅਲੱਗ ਆ ਹਮਮ ਪਰ ਜਦੋਂ ਇੰਡੀਆ ਦਾ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੇ ਕਾਨੂੰਨ ਦੇ ਹਿਸਾਬ ਨਾਲ ਪਬਲਿਕਲੀ ਸਟੇਜਾਂ ਤੋਂ ਬੋਲਦੇ ਆ ਹਮਮ ਆਪ ਦਾ ਮੋਲਕ ਦੀ ਜਿਹੜੀ ਸਟਰੈਂਥ ਆ ਆਪਾਂ ਦੁਨੀਆ ਨੂੰ ਸ਼ੋ ਕਰਨੀ ਆ ਆਪਾਂ ਉਸ ਮੋਲਕਾਂ ਦੇ ਵਜਾ ਕੇ ਵੀ ਇਹ ਕੰਮ ਕਰ ਸਕਦੇ ਆ ਉਹਦੀ ਉਹ ਮੈਂ ਮੈਂ ਉਹ ਵਰਡ ਦੱਸ ਦਿੰਦਾ ਘਰ ਮੇਂ ਘੁਸਕਰ ਮਾਰेंगे ਠੀਕ ਆ ਤੁਹਾਡੇ ਤੁਹਾਡੇ ਘਰ ਤੇ ਜਾ ਕੇ ਮਾਰਾਂਗੇ ਓਕੇ ਸੋ ਜੇ ਤੁਸੀਂ ਸਟੇਜਾਂ ਤੋਂ ਪਬਲੀਕਲੀ ਇਹ ਗੱਲ ਕਰਦੇ ਆ ਇਹ ਬੜਾ ਥ੍ਰੈਟ ਆ ਹਮ ਹਮ ਠੀਕ ਆ ਫੇ ਸਾਡੇ ਪੋਲੀਟਿਸ਼ੀਅਨਸ ਹਾਂ ਲੁੱਕ ਸਾਡੀ ਮੁਰਕਾਂ ਦੇ ਨਾਲ ਮੈਂ ਇਹ ਚਾਹੁੰਦਾ ਇਹ ਕੰਮ ਇਹਦਾ ਨਾ ਹੋਵੇ ਹਮ ਹਮ ਆਪਾਂ ਲੜਾਈ ਨਹੀਂ ਕਿਸੇ ਮੁਲਕ ਨਾਲ ਪਾਉਣੇ ਸਾਡਾ ਨੇਸ਼ਨ ਲੈਸਟਰ ਵੀ ਅਪੀਅਰਸ ਇਨ ਦਾ ਟਾਈਮ ਤੋਂ ਦੇਖ ਲਓ ਕਿੰਨੇ ਸੀ ਸਾਡੇ ਦੁਨੀਆ ਕੈਨੇਡਾ ਪੀਸਫੁਲ ਨੇਸ਼ਨ ਆ ਅੱਪਾ ਦੂਸਰੇ ਮੋਲਕਾਂ ਨਾਲ ਪੀਸ ਵੀ ਰੱਖਣੀ ਆ ਲੜਾਈ ਨਹੀਂ ਆਪਾਂ ਬੰਦੋਣੀ ਚਾਹੁੰਦੇ ਕਿਸੇ ਦੇ ਨਾਲ ਮੈਂ ਇਹੀ ਕਹਨਾ ਇਹ ਹੀ ਅਗਰੈਸਿਵ ਟੋਨ ਜਿਹੜਾ ਲੈਂਗੁਏਜ ਹੈ ਲੋੜ ਨਹੀਂ ਸਾਡੀ ਮੋਲਕਾਂ ਦੀ ਲੜਾਈ ਪਾਉਂਦੀ ਲੋੜ ਨਹੀਂ ਸਾਡੀ ਮੋਲਕਾਂ ਦੀ ਜਿਹੜੀ ਸਾਡੀ ਮੋਲਕਾਂ ਦੀ ਬਰਥ ਥਿਆ ਸਾਡਾ ਕੈਨੇਡਾ ਦਾ ਹੋਵੇ ਇੰਡੀਆ ਦਾ ਹੋਵੇ ਪਾਕਿਸਤਾਨ ਦਾ ਹੋਵੇ ਹੋਰ ਮੋਲਕਾਂ ਦਾ ਵੀ ਹੋਵੇ ਆਪਾਂ ਡੈਮੋਕ੍ਰੇਸੀਸ ਆਪਾਂ ਲੋਕਾਂ ਨੂੰ ਮੌਕਾ ਦੇਈਏ ਕਾਨੂੰਨ ਦੇ ਹਿਸਾਬ ਨਾਲ ਆਪਣੇ ਮੋਲਕਾਂ ਨਾਲ ਫੇਅਰਲੀ ਟਰੀਟ ਲੋਕਾਂ ਨੂੰ ਕਰੀਏ ਸਾਡੇ ਕਾਨੂੰਨ ਦੇ ਹਸਾਬ ਨਾਲ ਯੂਰ ਅਲੋਡ ਟੂ ਹੈਵ ਦਿਸ ਫਰੀडम ਟੂ ਡੂ ਦਸ ਬਟ ਅਮਰੀਕਾ ਦੇ ਨਾਲ ਸੇਮ ਅਗਰੈਸਿਵ ਟੋਨ ਐਂਡ ਲੈਂਗੁਏਜ ਚੱਲ ਰਿਹਾ ਹੈ ਆ ਅਸਟ੍ਰੇਲੀਆ ਦੇ ਨਾਲ ਚੱਲ ਰਿਹਾ ਹੈ ਆ ਬਿਲਕੁਲ ਨਹੀਂ ਨਹੀਂ ਆ ਇੰਗਲੈਂਡ ਦੇ ਨਾਲ ਚੱਲ ਰਿਹਾ ਹੈ ਨਹੀਂ ਬਿਲਕੁਲ ਨਹੀਂ ਪਰ ਸਾਡੇ ਨਾਲ ਕਿਉਂ ਕੱਲਾ ਚੱਲ ਰਿਹਾ ਹੈ ਜਿੱਤੇ ਸਾਡੇ ਅਸਲੀ ਤੁਸੀਂ ਦੇਖ ਲਓ ਫਲੋਟਾ ਦੇਖ ਲੋ ਇੰਗਲੈਂਡ ਦੇ ਵਿੱਚ ਕਿੰਨਾ ਜਿਆਦਾ ਕੈਨੇਡਾ ਤੋਂ ਵੀ ਜਿਆਦਾ ਵਧਿਆ ਸੀ ਪਿਛਲੇ ਮਹੀਨਿਆਂ ਤੋਂ ਆਸਟ੍ਰੇਲੀਆ ਦੇ ਵਿੱਚ ਵੀ ਦੇਖ ਲੋ ਪਰ ਕੈਨੇਡਾ ਦੇ ਨਾਲ ਕਿਉਂ ਧੱਕਾ ਕਰਦੇ ਆ ਹੂੰ ਹੂੰ ਕਿਉਂ ਮਤਲਬ ਨੂੰ ਸਵਾਲ ਪੁੱਛਦਾ ਸਾਡੇ ਨਾਲ ਕਿਉਂ ਆ ਘਰੇ ਆ ਤੁਹਾਡੇ ਕੋਲ ਦੇਖ ਵੀ ਨਹੀਂ ਆ ਜੀ 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 ਬਿਕਾਜ਼ ਪ੍ਰਾਣੀ ਸਰਕਾਰ ਕੈਨੇਡਾ ਦੀ ਕੰਸਰਵੇਟਿਵ ਗਵਰਨਮੈਂਟ ਇਹਨਾਂ ਦੇ ਨਾਲ ਅਲਾਈਂਡ ਸੀ ਬਹੁਤ ক্লোਸਲੀ ਜੀ ਇਹਨਾਂ ਦੇ ਨਵੇਂ ਐਮਪੀ ਆਪ ਕਹਿੰਦੇ ਆ ਜਦੋਂ ਉਹਨਾਂ ਦਾ ਪ੍ਰਧਾਨ ਮੰਤਰੀ ਆਇਆ ਆਪਾਂ ਉਹਨਾਂ ਦੀ ਪੂਰੀ ਦੇਖਭਾਲ ਕੀਤੀ ਆ ਸਾਡਾ ਪੁਰਾਣਾ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਦੇ ক্লোਜ਼ ਲਿੰਕ ਕਿਆ ਨੇਪਾਲ ਦੀ ਦੋਸਤੀ ਉਹ ਇਕੱਠੇ ਬੋਰਡਾਂ ਦੇ ਬੈਠਦੇ ਆ ਪਰ ਮੈਂ ਇਹ ਵੀ ਕਹਿਣਾ ਜੀ ਜੀ ਸਾਡੇ ਮੁਲਕ ਦੇ ਜਿਹੜੇ ਲੀਡਰ ਨੇ ਸਾਡੀ ਲੀਡਰਸ਼ਿਪ ਇਹ ਹੈ ਜਿਹੜੀ ਡਾਇਰੈਕਟ ਤੱਕ ਗੱਲ ਕਰਨੇ ਆ ਆਪਾਂ ਜਿਹੜੇ ਸਾਡੇ ਕੋਈ ਵੀ ਇਸ਼ੂਸ ਨੇ ਸਾਡੇ ਘਰ ਦੇ ਇਸ਼ੂਸ ਨੇ ਆਪਾਂ ਕਰਦੇ ਫਿਰ ਸੰਭਾਲਦੇ ਆ ਜਿਹੜੇ ਸਾਡੇ ਮੁਲਕਾਂ ਦੇ ਨਾਲ ਆ ਦੂਸਰੇ ਉਹਨਾਂ ਦੇ ਨਾਲ ਪ੍ਰੋਪਰ ਤਰੀਕੇ ਦੇ ਨਾਲ ਆਪਾਂ ਫੈਸਲਾ ਲੱਭਦੇ ਆ ਪਰਾਪਾ ਕੈਨੇਡੀਅਨਸ ਨੂੰ ਪ੍ਰੋਟੈਕਟ ਕਰਨਾ ਸਾਡੇ ਜੋ ਮਰਦ ਆਪਾਂ ਕਿਸੇ ਨੂੰ ਕੈਨੇਡੀਅਨ ਨੂੰ ਐਕਸਟਰੈਡਿਟ ਨਹੀਂ ਕਰਨਾ ਕਿਉਂਕਿ ਕੈਨੇਡੀਅਨ ਜੇ ਕੈਨੇਡੀਅਨ ਕਾਨੂੰਨ ਦੇ ਨਾਲ ਸਜ਼ਾ ਹੋਈ ਆ ਕਿਸੇ ਦੇ ਵੀ ਜੀ ਕੈਨੇਡੀਅਨ ਕਾਨੂੰਨ ਦੇ ਨਾਲ ਜਿਹੜੀ ਉਹ ਇਨਸਾਫ ਆ ਉਹ ਜਿਹੜੇ ਰੂਲਸ ਆ ਆਪਾਂ ਫੋਲੋ ਕਰੂਗੇ ਹੂੰ ਹੂੰ ਦੂਸਰਾ ਮੋਲਕ ਨੇ ਸਾਡੇ ਮੋਲਤੇ ਵਿੱਚ ਕੋਈ ਵੀ ਮੋਲਕ ਹੋਵੇ ਧੱਕਾ ਕਰਨਾ ਕਿਸੇ ਦਾ ਕਤਲ ਕਰਨਾ ਗਲਤ ਆ ਹੂੰ ਹੂੰ ਬਹੁਤ ਗਲਤ ਆ ਮੈਂ ਹਮੇਸ਼ਾ ਮੈਂ ਕਹਾਂਗਾ ਡੈਫੀਨਿਟਲੀ ਆਈ ਅਗਰੀ WITH ਯੂ ਮੈਂ ਇਹਦੇ ਤੇ ਕੋਈ ਦੋ ਰਾਏ ਨਹੀਂ ਅਸੀਂ ਅਸੀਂ ਕਦੇ ਵੀ ਨਹੀਂ ਚਾਹਾਂਗੇ ਸੋ ਰੇਸ਼ੀ ਜੀ ਜੇ ਆ ਹੋਇਆ ਆ ਯਾ ਬੈਕ ਟੂ ਸਾਡੀ ਕੈਨੇਡੀਅਨ ਪੋਲਿਟਿਕਸ ਯਾ ਮੈਂ ਐਮ ਪੀਆ ਹਲਕੇ ਦਾ ਪੀਅਰ ਪੋਲੀ ਐਫ ਸਿਕਿਉਰਟੀ ਲਰਨਸ ਕਿਉਂ ਨਹੀਂ ਲੰਦਾ ਕਿਉਂ ਨਹੀਂ ਰਿਪੋਰਟ ਪੜਦਾ ਇੱਕ ਇਹ ਜ਼ਿੰਮੇਵਾਰੀ ਉਹਦੀ ਬਣਦੀ ਆ ਬਿਲਕੁਲ ਠੀਕ ਹੈ ਸਾਡੀ ਬਿਲਕੁਲ ਬਣਦੀ ਹੈ ਜੇ ਤੁਸੀਂ ਪ੍ਰਧਾਨ ਮੰਤਰੀ ਮੁਲਕ ਦਾ ਬਣਨਾ ਆਪਣੇ ਜ਼ਿੰਮੇਵਾਰੀਆਂ ਸੰਭਾਲੋ ਜੈਦੀ ਤੁਸੀਂ ਜ਼ਿੰਮੇਵਾਰੀਆ ਕਰੋ ਮੇਰਾ ਇੱਕ ਸਵਾਲ ਤੁਹਾਡੀ ਪਾਰਟੀ ਦਾ ਤੁਹਾਡਾ ਇੱਕ ਕਲੀਗ ਐਮਪੀ ਹੈ ਉਹ ਚੰਦਰਾ ਆਰੀਆ ਉਹਦਾ ਨਾਮ ਹੈ ਉਹ ਹਮੇਸ਼ਾ ਗੌਰਮਟ ਆਫ ਇੰਡੀਆ ਦੀ ਹੱਕ ਦੀ ਗੱਲ ਕਰਦਾ ਉਹਦੇ ਨਾਲ ਦੀ ਗੱਲ ਕਰਦਾ ਉਹਦੇ ਬਾਰੇ ਤੁਸੀਂ ਕੀ ਕਰਦੇ ਹੋ ਕਦੇ ਕਦੇ ਉਹਦਾ ਜਵਾਬ ਇਸੇ ਤਰ੍ਹਾਂ ਹੀ ਦਿੱਤਾ ਜਿਵੇਂ ਤੁਸੀਂ ਅਸੀਂ ਸਾਡੇ ਕੋਲ ਅੱਜ ਰਿਕੁਐਸਟ ਕਰ ਰਹੇ ਹੋ ਲਓ ਮੈਂ ਆਪ ਮੈਂ ਆਪਣਾ ਜਵਾਬ ਦੇ ਸਕਦਾ ਜੀ ਉਹਦੇ ਦੂਸਰੇ ਐਮਪੀ ਵੱਲੋਂ ਮੈਂ ਉਹਨਾਂ ਦੇ ਪਤਾ ਨਹੀਂ ਸੋਚੀ ਕੀ ਆ ਤੁਸੀਂ ਉਹਨਾਂ ਨੂੰ ਇੰਟਰਵਿਊ ਕਰਕੇ ਫੋਚਲੇਓ ਉਹ ਕਿਹੋਂ ਡੇਰੇ ਆ ਜੀ ਉਹਨਾਂ ਦੇ ਆਪਣੇ ਵਿਊਜ਼ ਨੇ ਪਰ ਮੈਂ ਤੁਹਾਨੂੰ ਇਹ ਵੀ ਕਹਨਾ ਜਿਹੜੇ ਸਵਾਲ ਤੁਸੀਂ ਮੈਨੂੰ ਪੁੱਛ ਰਹੇ ਆ ਤੁਸੀਂ ਆਪਣੇ ਆਪਣੇ ਐਮਪੀਜ਼ ਨੂੰ ਪੁੱਛੋ ਜਿਹੜੇ ਆਪਣੇ ਕੰਸਰਵੇਟਿਵ ਪਾਰਟੀ ਦੇ ਐਮਪੀਜ਼ ਆ ਜਿਹੜੇ ਸਿਕ ਐਮਪੀਜ਼ ਆ ਜਿਹੜੇ ਆਪਣੇ ਹੋਰ ਵੀ ਚਲੋ ਉਹਨਾਂ ਦੇ ਪਾਰਟੀ ਦੇ ਵਿੱਚ ਹੋਰ ਐਮਪੀਜ਼ ਨਹੀਂ ਹੈ ਨਹੀਂ ਆਪਣੇ ਸਾਡੇ ਪਾਸੇ ਬਹੁਤ ਜ਼ਿਆਦਾ ਆ ਆਪਣੇ ਕਮਿਊਨਿਟੀਜ਼ ਤੋਂ ਪਰ ਗੱਲ ਨਹੀਂ ਕਰਨੀ ਲੁਕਣਾ ਡਾਇਰੈਕਟਲੀ ਇਸ਼ੂਜ਼ ਅਡਰੈਸ ਨਹੀਂ ਕਰਨੇ ਆ ਮੈਂ ਤੁਹਾਡੇ ਨਾਲ ਆਇਆ ਤੁਸੀਂ ਮੈਨੂੰ ਕਿਹਾ ਗੱਲ ਕਰਨੀ ਹੈ ਮੈਂ ਤੁਹਾਨੂੰ ਸਿੱਧੀ ਗੱਲ ਕਹੀ ਹੈ ਗੱਲ ਤੁਸੀਂ ਮੈਂ ਜਿਹੜਾ ਮਰਜੀ ਸਵਾਲ ਪੁੱਛ ਲਓ ਜੀ 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 ਮੈਂ ਤੁਹਾਨੂੰ ਉਹ ਫੋਕੇ ਅਨਸਰਸ ਨਹੀਂ ਦਿੰਦਾ ਲੈਣਾ ਨਹੀਂ ਦੇਣਾ ਦੇ ਰਿਹਾ ਪਰ ਮੈਂ ਤੁਹਾਨੂੰ ਸਿੱਧੀ ਤੁਹਾਨੂੰ ਗੱਲ ਵੀ ਕਹਿਣਾ ਹੈ ਜੀ ਅਮ ਇਹ ਇਸ਼ੂ ਸੀਰੀਅਸ ਹੈ ਸਾਡੇ ਜਿਨ੍ਹਾਂ ਨੇ ਦੁਨੀਆ ਤੋਂ ਕੈਨੇਡਾ ਬਣਿਆ ਆ ਦੁਨੀਆ ਦੀ ਤਾਕਤ ਦੇ ਨਾਲ ਇਹ ਮੋਲਕ ਬਣਿਆ ਆ ਸਾਡੇ ਸਾਡੇ ਬਜ਼ੁਰਗਾਂ ਨੇ ਮਿਹਨਤ ਕੀਤੀ ਆ ਰੇਲਵੇਜ਼ ਦੇ ਉੱਪਰ ਜੇ ਜੀ ਆਪਣੇ ਕਮਿਊਨਿਟੀਜ਼ ਬਣਾਏ ਆ ਆ ਪਰਮੇਸ਼ੋਡੇ ਪਿੰਡਾਪਾਲ ਪਾਲਦੀ ਤੋਂ ਯਾ ਰੇਲੋਂ ਤੋਂ ਮਿਲਾਂ ਟਾਊਨਾਂ ਤੋਂ ਬਣਾਈ ਆ ਸੋ ਇਹਨਾਂ ਦੇ ਪਰ ਆਪਣੇ ਸੋਚ ਤੇ ਪ੍ਰਚਾਰ ਪਰ ਇੱਕ ਇੱਕ ਹੋਰ ਕੁਐਸਚਨ ਜਾਰਜ ਕਿ ਹੁਣ ਵੀ ਥ੍ਰੈਟ ਹੈਗੀ ਆ ਹੁਣ ਵੀ ਸਾਡਾ ਥ੍ਰੈਟ ਖਤਮ ਨਹੀਂ ਹੋਇਆ ਅਜੇ ਪਰ ਜਿਹੜਾਂ ਲੋਕਾਂ ਨੂੰ ਥ੍ਰੈਟ ਆਈ ਆ ਈਵਨ ਈਵਨ ਹਰਦੀਪ ਨੱਜਰ ਦੀ ਇੱਕ ਬਹੁਤ ਖਾਸ ਦੋਸਤ ਆ ਸਰੀ ਦੇ ਵਿੱਚ ਉਹਨੂੰ ਵੀ ਥ੍ਰੈਟ ਹੈਗੀ ਆ ਅਸੀਂ ਉਹ ਇਸ ਤਰ੍ਹਾਂ ਦੀ ਦੁਬਾਰਾ ਘਟਨਾ ਨਾ ਹੋਵੇ ਇਸ ਤਰ੍ਹਾਂ ਸਾਡੇ ਲੋਕ ਸਾਡੀ ਧਰਤੀ ਦੇ ਉੱਤੇ ਨਾ ਮਾਰੇ ਜਾਣ ਵਿਦੇਸ਼ੀ ਤਾਕਤਾਂ ਦੇ ਹੱਥੋਂ ਉਹਨੂੰ ਰੋਕਣ ਲਈ ਸਾਡੀ ਸਰਕਾਰ ਕੀ ਕਰ ਰਹੀ ਹੈ ਸੋ ਸਾਡੀ ਸਰਕਾਰ ਨੇ ਜਿਹੜੀ ਲੈਜਿਸਲੇਸ਼ਨ ਲਿਆਏ ਆ ਫੋਰਨ ਏਜੰਟਸ ਰਜਿਸਟਰੀ ਜਿਹੜੀ ਹੋਣੀ ਆ ਜੇ ਤੁਸੀਂ ਦੂਸਰੇ ਮੁਲਕ ਦੇ ਨਾਲ ਕੋਈ ਕੰਮ ਕਰਦੇ ਆ ਤੁਹਾਨੂੰ ਕਹਿਣਾ ਪੈਣਾ ਰਜਿਸਟਰ ਕਰਨਾ ਪੈਣਾ ਉਹ ਹਨਾ ਮੀ ਹੁਣ ਆਇਆ ਪਿਛਲੇ 2 ਸਾਲਾਂ ਤੋਂ ਚਾਰ ਚਾਰ ਚੱਲ ਰਹੀ ਆ ਫੋਰਨ ਏਜੰਟਸ ਰਜਿਸਟਰੀ ਵੀ ਹਨ ਉਹਦੀ ਇੰਪਲੀਮੈਂਟੇਸ਼ਨ ਵੀ ਹੋਈ ਆ ਜਿਹੜੀ ਸੀਸਸ ਦਾ ਆਰਸੀਐਮਪੀ ਨੂੰ ਇਨਵੈਸਟੀਗੇਸ਼ਨ ਤੇ ਹੋਰ ਵੀ ਫੰਡਿੰਗ ਮਿਲੀ ਆ ਸਟਰੈਂਥਨਿੰਗ ਆ ਜਿਹੜੀ ਉਹਨਾਂ ਦੀ ਕਾਨੂੰਨ ਦੀ ਸਟਰੈਂਥਨਿੰਗ ਹੋਈ ਆ ਉਹ ਵੀ ਹੋਈ ਆ ਜਿਹਦੇ ਬਹੁਤ ਸਾਲਾਂ ਤੋਂ ਕੋਸਟ ਨਹੀਂ ਹੋਇਆ ਸੀ ਠੀਕ ਆ ਸੋ ਉਹ ਹੋਇਆ ਆ ਉਹ ਹਨਾ ਜਿਹੜੀ ਸਿਕਿਉਰਿਟੀ ਏਜੰਸੀਜ਼ ਆਪਣਾ ਕੰਮ ਕਰੂਗੇ ਉਹ ਇੰਡੀਪੈਂਡੈਂਟ ਆਵ ਗਵਰਨਮੈਂਟ ਆ ਗਵਰਨਮੈਂਟ ਦਾ ਹੱਥ ਦੇਣੀ ਗਵਰਨਮੈਂਟ ਪਾਲਿਸੀ ਬਣਾਉਂਦੀ ਆ ਉਹ ਪਾਲਿਸੀ ਵੀ ਜਿਹੜੀ ਇੰਪਲੀਮੈਂਟੇਸ਼ਨ ਆ ਉਹੋ ਕਰਦੇ ਆ ਇਹਨਾਂ ਹੁਣੀ ਵੀ ਆ ਐਂ ਸਾਡੀ ਇਹੀ ਕੋਸ਼ਿਸ਼ ਆ ਕੈਨੇਡੀਅਨਸ ਨੂੰ ਪ੍ਰੋਟੈਕਟ ਕਰਨਾ ਜਿਹੜੇ ਇੰਡੀਵਿਜੂਅਲਸ ਉਸ ਲਿਸਟ ਤੇ ਉਹਨਾਂ ਦੀ ਪੂਰੀ ਪ੍ਰੋਟੈਕਸ਼ਨ ਕਾਨੂੰਨ ਦੇ ਹਿਸਾਬ ਨਾਲ ਜਿਹੜਾ ਸਿਸਟਮ ਆ ਹੋਣੀ ਵੀ ਚਾਹੀਦੀ ਆ ਲੁੱਕ ਰਿਸੀ ਜੀ ਸਾਡੇ ਆਫਿਸ ਤੇ ਮੇਰੇ ਉੱਪਰ ਬਹੁਤ ਗਲਤ ਲਾਫਜ਼ੀ ਲੋਕੀ ਬੋਲਦੇ ਆ ਨਫ਼ਰਤ ਹੁੰਦੀ ਆ ਮੈਨੂੰ ਥ्रेट ਹੁੰਦੇ ਆ ਯਾ ਠੀਕ ਆ ਸੋ ਮੈਂ ਹੁਣ ਐਮਪੀ ਆ ਹਲਕੇ ਦਾ ਜੀ ਜੀ ਮੈਂ ਖੜ ਕੇ ਬੋਲਦਾ ਜੋ ਮੇਰੇ ਦਿਲੋਂ ਜਿਹੜੇ ਮੇਰੇ ਮੈਂ ਪਰ ਮੈਂ ਹੁਣ ਡਰਨਾ ਵੀ ਨਹੀਂ ਪਿੱਛੇ ਵੀ ਨਹੀਂ ਹੋਣਾ ਜਿਹੜੀਆਂ ਗੱਲਾਂ ਸਹੀ ਆ ਆਪਾਂ ਕਰਨੀਆਂ ਆ ਜਿਹੜੇ ਆਪਾਂ ਪੋਲਿਸੀਜ਼ ਕਾਨੂੰਨ ਚੇਂਜ ਕਰਨੇ ਚਾਹੀਦੇ ਆ ਸਾਨੂੰ ਉਹ ਕਰਨੇ ਵੀ ਚਾਹੀਦੇ ਆ ਐਂਡ ਪ੍ਰੋਪਰ ਤਰੀਕਾ ਨਾਲ ਸਾਡੇ ਚਾਰਟਰ ਦੇ ਸਾਫਨਾ ਫਰੀਡਮਸ ਆ ਪਰ ਕਾਨੂੰਨ ਦੇ ਹਿਸਾਬ ਨਾਲ ਚੱਲਣਾ ਵੀ ਪੈਣਾ ਪਰ ਮੈਂ ਆਪਣੇ ਭੈਣਾ ਭਰਾਵਾਂ ਨੂੰ ਵੀ ਇਹ ਵੀ ਗੱਲ ਕਹਿਣਾ ਤੁਸੀਂ ਮੈਨੂੰ ਆ ਕੇ ਵੀ ਕਹਿੰਦੇ ਆ ਤੁਹਾਨੂੰ ਵੀ ਕਹਿੰਦੇ ਹੋਗੇ ਕਰੋ ਕਸ ਬਹੁਤ ਵਧੀਆ ਸੀ ਪ੍ਰਾਈਮ ਮਿਨਿਸਟਰ ਸਾਹਿਬ ਨੇ ਬੋਲੇਆ ਖੁੱਲੀ ਗੱਲ ਕੀਤੀ ਜਿਹੜੀ ਅਸਲੀ ਐਵੀਡੈਂਸ ਦੇ ਨਾਲ ਜਿਹੜੇ ਦੂਸਰੀ ਮੁਲਕਾਂ ਨੇ ਉਹਨਾਂ ਨੂੰ ਦੱਸੀ ਆ ਜਿਹੜੇ ਆਪਣੇ ਇਲਟੈਰਜੈਂਟ ਏਜੰਸੀਜ਼ ਆ ਪਰ ਮੀਨੇ ਮਗਰੋਂ ਲੋਕੀ ਕਹਿੰਦੇ ਆ ਇਹ ਬੰਦ ਕਰੋ ਸਾਡੇ ਵੀਜ਼ਾ ਲੱਗ ਰਣ ਆਪਾਂ ਜਾਈਏ ਸਾਨੂੰ ਬਹੁਤ ਦੁੱਖ ਲੱਗਦਾ ਆ ਆਪਾਂ ਜਾਣਾ ਕਿਸੇ ਦੇ ਵਿਆਹ ਸਾਦੀ ਆ ਸੋ ਆਪਾਂ ਜੇ ਮੁਲਕ ਦੇ ਵਿੱਚ ਆ ਜਿਹੜਾ ਸਾਡਾ ਕਾਨੂੰਨ ਆ ਜੇ ਆਪਾਂ ਉਹ ਵੀ ਸਖਤੀ ਚਾਹੁੰਦੇ ਆ ਦੂਸਰੇ ਮੁਲਕਾਂ ਦਾ ਫੈਕਟ ਸਾਡੇ ਉੱਪਰ ਵੀ ਆ ਐਂਡ ਉਹ ਆਪਣੇ ਵੀਜ਼ੇਜ਼ ਵੀ ਕੰਟਰੋਲ ਕਰ ਸਕਦੇ ਆ ਜਿੱਦਾਂ ਆਪਾਂ ਉਹਨਾਂ ਦੇ ਕੰਟਰੋਲ ਕਰ ਸਕਦੇ ਆ ਉਹ ਸਾਡੇ ਵੀ ਕੰਟਰੋਲ ਕਰ ਸਕਦੇ ਕਰ ਸਕਦੇ ਆ ਉਹ ਸਾਡੇ ਬੰਦੇ ਜਿਹੜੇ ਸਾਡੇ ਉੱਥੇ ਕੰਮ ਕਰਦੇ ਆ ਵੀਜ਼ਾ ਪ੍ਰੋਸੈਸਿੰਗ ਕਰ ਉਹਨਾਂ ਨੂੰ ਘਰੋਂ ਵੀ ਭੇਜ ਸਕਦੇ ਆ ਕੰਟੈਕਟ ਟੂ ਕੈਨੇਡਾ ਸਾਡੇ ਐਮਬੈਸਡਰ ਨੂੰ ਵੀ ਕੱਢ ਸਕਦੇ ਆ ਭੇਜਿਆ ਉਹਨਾਂ ਨੇ ਕਿਹ ਬੰਦੇ ਭੇਜੇ ਉਹਨਾਂ ਨੇ ਮੈਂ ਇਹੀ ਚਾਹੁੰਦਾ ਹੂੰ ਹੂੰ ਠੰਡੇ ਦਿਮਾਗਾਂ ਦੇ ਨਾਲ ਜਿਹੜੀ ਸਾਡੀ ਬਹੁਤ ਚਿਰਾਂ ਤੋਂ ਮੁਲਕਾਂ ਦੀ ਪਾਰਟਨਰਸ਼ਿਪ ਸੀ ਜਿਹੜੀ ਆਪਣੀ ਕਾਨੂੰਨ ਦੇ ਨਾਲ ਜਿਹੜੇ ਕੰਮ ਹੋਣੇ ਚਾਹੀਦੇ ਆ ਇਹ ਫੈਸਲੇ ਕਾਨੂੰਨ ਦੇ ਸਾਹਮਣੇ ਹੋਣੇ ਚਾਹੀਦੇ ਆ ਲੜਾਈ ਕੋਈ ਲੜਾਈ ਝਗੜਾ ਬਦਨੀ ਨਹੀਂ ਚਾਹੀਦੀ ਸਾਡੇ ਇਹ ਪਰਿਵਾਰ ਇੱਥੇ ਇਹੀ ਚਾਹੁੰਦੇ ਆ ਸਾਡੀ ਫਰੀडम ਹੋਵੇ ਪਰ ਸਾਨੂੰ ਮੌਕਾ ਮਿਲੇ ਜੇ ਆਪਾਂ ਟਰੈਵਲ ਕਰਨਾ ਆਪਾਂ ਟਰੈਵਲ ਕਰ ਵੀ ਸਕੀਏ ਮੈਂ ਪਿਛਲੇ ਸਾਲ ਗਿਆ ਸੀ ਇੰਡੀਆ ਨੂੰ ਗਿਆ ਸੀ ਪਿਛਲੇ ਸਾਲ ਬਹੁਤ ਵਧੀਆ ਮੇਰੀ ਆਪ ਕਿੰਨਾ ਗੁੱਡ ਟ੍ਰੀਟਮੈਂਟ ਸੀ ਮੈਨੂੰ ਕੋਈ ਡਰ ਨਹੀਂ ਸੀ ਕੋਈ ਥ੍ਰੈਟ ਨਹੀਂ ਸੀ ਮੈਂ ਗਿਆ ਪਰ ਮੈਨੂੰ ਇਹ ਵੀ ਪਤਾ ਮੇਰੇ ਫਾਦਰ ਸਾਹਿਬ ਬਹੁਤ ਸਾਲਾਂ ਤੋਂ ਜਾ ਨਹੀਂ ਸਕਦੇ ਸੀ ਬਹੁਤ ਸਾਲਾਂ ਤੋਂ ਉਹਨਾਂ ਦਾ ਉਹਨਾਂ ਦਾ ਵੀਜ਼ਾ ਨਹੀਂ ਲੱਗਦਾ ਸੀ ਬਿਕਾਜ਼ ਉਹਨਾਂ ਦੀ ਜਿਹੜੀ ਸਿੱਖੀ ਦੀ ਐਡਵੋਕੇਸੀ ਡਬਲਯੂਐਸਓ ਦੇ ਉਹਨਾਂ ਦੇ ਜਦੋਂ ਪ੍ਰਧਾਨ ਮੰਤਰੀ ਸੀ ਉਹਨਾਂ ਦਾ ਇੰਡੀਅਨ ਗਵਰਨਮੈਂਟ ਤੋਂ ਬੈਨ ਵੀ ਲੱਗਾ ਸੀ ਜਿਹੜੀ ਇੰਡੀਆ ਜਾਣੀ ਬਹੁਤ ਸਾਲਾਂ ਉਹ ਗਏ ਨਹੀਂ ਇੰਡੀਆ ਐਂਡ ਮਗਰੋ ਉਹਨਾਂ ਦੀ ਅਪਰੂਵਲ ਚਲੋ ਵੀਜ਼ਾ ਮਿਲ ਗਿਆ ਸੀ ਪਰ ਕਿਸ ਟਾਈਮ ਲਈ ਉਹ ਜਾ ਵੀ ਨਹੀਂ ਸਕਦੇ ਸੀ ਸੋ ਇਹ ਆਪਾ ਵੀ ਚਾਹੁੰਦੇ ਆ ਸਾਡੇ ਜਿਹੜਾ ਮੇਰਾ ਮੂਲਕ ਦਾ ਕੈਨੇਡਾ ਆ ਮੇਰਾ ਜੰਪਾਲ ਇਥੇ ਕੈਨੇਡਾ ਚ ਹੋਇਆ ਆ ਸ਼ੈਰਸ ਹੋਇਆ ਆ ਮੇਰੀ ਜ਼ਿੰਮੇਵਾਰੀ ਆ ਤੁਹਾਨੂੰ ਪ੍ਰੋਟੈਕਟ ਕਰਨਾ ਜਿਹੜੇ ਕੈਨੇਡੀਅਨ ਸਾਡੇ ਰੈਜ਼ਿਡੈਂਸ ਨੇ ਐਂਡ ਜਿਹੜੇ ਕਾਨੂੰਨ ਸਾਡੇ ਬੜੀਆ ਤਰੀਕੇ ਦੇ ਨਾਲ ਬਦਲ ਐਂਡ ਜਿਹੜੇ ਬਾਰਲੇ ਮੋਲਕਾ ਕੋਈ ਵੀ ਥ੍ਰੈਟ ਕਰਦੇ ਆ ਤੁਹਾਨੂੰ ਰੋਕਦੇ ਆ ਬੋਲਣ ਤੋਂ ਉਹ ਵੀ ਗਲਤ ਆ ਸਾਡੇ ਕਾਨੂੰਨ ਦੇ ਹਿਸਾਬ ਨਾਲ ਆਪਾਂ ਫੈਸਲਾ ਕਰੂਗੇ ਉਹ ਮੁਲਕ ਆਪਣੇ ਕਾਨੂੰਨ ਦੇ ਹਿਸਾਬ ਨਾਲ ਆਪਣੇ ਫੈਸਲੇ ਕਰ ਤੇ ਫਾਈਨਲ ਮੇਰਾ ਲਾਸਟ ਕੁਐਸਚਨ ਆ ਕਿ ਇਸ ਫੋਰਨ ਡਿਡੀਆਂ ਇੰਟਰਫੀਰੈਂਸ ਆ ਇਹਨੂੰ ਰੋਕਣ ਵਾਸਤੇ ਕੋਈ ਕਾਨੂੰਨ ਦੇ ਵਿੱਚ ਤਬਦੀਲੀ ਆ ਰਹੀ ਆ ਕਿ ਨਵਾਂ ਕਾਨੂੰਨ ਆ ਰਿਹਾ ਹੈ ਕਿ ਪੁਰਾਣੇ ਕਾਨੂੰਨ ਚੇਂਜ ਹੋਣਗੇ ਕੀ ਅਸੀਂ ਕਰਾਂਗੇ ਕਿ ਇਰਾਨ ਚੀਨ ਇੰਡੀਆ ਸਾਡੇ ਸਾਡੇ ਲੋਕਾਂ ਲਈ ਤਾਂ ਖਤਰਾ ਨਾ ਬਣ ਸਕਣ ਸਾਡੇ ਪੋਲੀਟੀਕਲ ਸਿਸਟਮ ਢਾਟੇ ਦੀ ਹੋ ਜਾਊਗਾ ਜੇ ਅਸੀਂ ਦੂਜਿਆਂ ਦੀ ਦਖਲਅੰਦਾਜ਼ੀ ਨਾਲ ਜਿੱਤਦੇ ਰਹੇ ਜਾਂ ਹਾਰਦੇ ਰਹੇ ਤਾਂ ਹੀ ਸਰਕਾਰ ਨੇ ਲੈਜਿਸਲੇਸ਼ਨ ਲਿਆਇਆ ਹੈ ਜਿਹੜੇ ਸੁਖਤਾਲੀਵਾਲ ਸਾਹਿਬ ਨੇ ਐਮ 112 ਬੈਲ ਲੈ ਆਈ ਸੀ ਨਾਲ ਜਿਹੜਾ ਨਮਾ ਬੈਲ ਸੀ 70 ਦਾ ਉਹ ਲੈ ਆਈ ਸੀ ਇਹ ਦੋਨੇ ਉਹਨਾਂ ਸੁਖਬਾਜੀ ਦਾ ਮੋਸ਼ਨ ਦੇ ਨਾਲ ਤਾਂ ਇਹ ਜਿਹੜਾ ਕਾਨੂੰਨ ਦਾ ਬੈਲ ਸੀ 70 ਦੇ ਨਾਲ ਦਾ ਬੜਾ ਇੰਪੈਕਟ ਪੈਣਾਇਆ ਬੜਾ ਇਹ ਜਿਹੜੀ ਅਪਰੂਵਲ ਹੋਣੀ ਆ ਤਾਂ ਅਗਲੀ ਜਿਹੜੀ ਫੈਸਲੇ ਹੋਣੇ ਆ ਉਹਦੇ ਉੱਪਰ ਵੀ ਜਿਹੜੀ ਸਾਡੀ ਸਿਕਿਉਰਿਟੀ ਏਜੰਟਸ ਕੰਮ ਕਰਦੇ ਆ ਉਹਨਾਂ ਨੇ ਆਪਣਾ ਕੰਮ ਕਰਨਾ ਆ ਜੇ ਆਪਾਂ ਉਹਨਾਂ ਨੂੰ ਰੀਸੋਰਸਸ ਦੇਵੋਗੇ ਉਹਨਾਂ ਦਾ ਕੰਮ ਹੋਊਗਾ ਉਹਨਾਂ ਨੂੰ ਹੁਣ ਰੀਸੋਰਸਸ ਦਿੱਤੇ ਆ ਐਂ ਉਹ ਆਪਣਾ ਕੰਮ ਕਰੂਗੇ ਉਹਨਾਂ ਨੂੰ ਜਿਨ੍ਹਾਂ ਨੇ ਗਲਤ ਕੰਮ ਕੀਤੇ ਆ ਉਹਨਾਂ ਨੂੰ ਫੜੂਗੇ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਦੀ ਸਜ਼ਾ ਹੋਗੀ ਐਂ ਉਹਦੇ ਹਿਸਾਬ ਨਾਲ ਜਿਹੜੀ ਆਪਣੀ ਮੋਲਕ ਦੇ ਹਿਸਾਬ ਨਾਲ ਜਿਹੜੀ ਇਨਸਾਫ ਆ ਜੀ ਇੰਪੋਰਟੈਂਟ ਜਿਹੜੀ ਆਪਣੀ ਜਸਟਿਸ ਯਾ that will be brought forward ਮਹਾਂ ਬਾਬ ਦੀਆਂ ਰੈਡ FM ਦਾ ਤੁਹਾਡਾ ਤੁਸੀਂ ਅੱਜ ਟਾਈਮ ਦਿੱਤਾ ਇਕਤਾ ਵਿੱਚੀ ਬਲ ਹੈ ਬਹੁਤ ਮਿਹਰਬਾਨੀ ਜੀ ਥੈਂਕ ਯੂ ਵੈਰੀ ਮਾਚੀ